ਹਾਂਜੀ ਆਦਾਬ ਨਮਸਤੇ ਸਸ਼ੀਕਾਲ ਜੀ ਕਿਵੇਂ ਹੋ ਜੀ ਸਾਰੇ ਠੀਕ ਹੋ ਛੜਦੀ ਕਲਾ ਦੇ ਵਿੱਚੋਂ ਆਈ ਹੋਪ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਤੇ ਭਾਈ ਜਲਦੀ ਜਲਦੀ ਆਪਦੀਆਂ ਤਿਆਰੀਆਂ ਕਰੇ ਜਾਂਦੇ ਹੋਗੇ ਵੀ ਜਿਹੜਾ ਜਿਹੜਾ ਕਿਸੇ ਨੇ ਐਗਜ਼ਾਮ ਦੇਣਾ ਜੀ ਤੇ ਵੀ ਉਸ ਨੂੰ ਲੈ ਕੇ ਤਿਆਰੀ ਚੱਲ ਰਹੀ ਹੋਊਗੀ ਨਾਲ ਨਾਲ ਬਹੁਤ ਸਾਰੇ ਕਹਿ ਰਹੇ ਹੋਣਗੇ ਵੀ ਕਲਾਸ ਆਉਣ ਵਾਲੀ ਆ ਮੈਂ ਕਲਾਸ ਤੇ ਕਲਾਸ ਲਾਉਣੀ ਆ ਤਿਆਰੀ ਕਰਨੀ ਆ ਹਨਾ ਜੀ ਬਹੁਤ ਸਾਰੇ ਹੋਣਗੇ ਕਹਿੰਦਾ ਮੈਂ YouTube ਤੋਂ ਪੜ੍ਹ ਕੇ ਹੀ ਲੱਗਣਾ ਬਹੁਤ ਸਾਰੇ ਹੋਣਗੇ ਮੈਂ ਬੈਚ ਵੀ ਲੈਣਾ ਮਨ ਦੇ ਵਿੱਚ ਬਹੁਤ ਸਾਰਿਆਂ ਦੇ ਕਾਚਾ ਚਮਾ ਚ ਵੱਜਿਆ ਪਿਆ ਹੋਊਗਾ ਵੀ ਕੱਲਾ YouTube ਤੋਂ ਪੜ੍ਹ ਲ ਗਏ ਬੈਚ ਲੈ ਲ ਗਏ ਹਨਾ ਜੀ ਤੇ ਗੁਰਜੰਟ ਅੱਛਾ ਹੈਲੋ ਸਰ RAM RAM ਜੀ ਸਸ਼ੀ ਕਾ ਅੱਛਾ ਸਾਰੇ ਵੀਰਾਂ ਨੂੰ ਬੋਟਾ ਨਮੋਸ ਕਹਿ ਰਹੇ ਨੇ ਜੀ ਲਾਈਕ ਅੱਛਾ ਗੁਰਜੰਟ ਕਹਿੰਦੇ ਲਾਈਕ ਸ਼ੇਅਰ ਕਰੋ ਜੀ ਤੇ ਬਲਵਾਨ ਸਿੰਘ ਜੀ ਪੀਐਸਪੀਸੀਐਲ ਉਹ RAM RAM ਜੀ ਜਲਦੀ ਜਲਦੀ ਬ੍ਰਦਰ ਪਹਿਲਾਂ ਜਲਦੀ ਜਲਦੀ ਸ਼ੇਅਰ ਕਰਨ ਲੱਗ ਜਾਓ ਜੀ ਓਨੀ ਜਲਦੀ ਆਪਣੇ ਕਲਾਸ ਸਟਾਰਟ ਕਰ ਦਾਂਗੇ ਵੱਧ ਤੋਂ ਵੱਧ ਪਹਿਲਾਂ ਸ਼ੇਅਰ ਕਰਨ ਵਾਲਾ ਕੰਮ ਤੁਸੀਂ ਕਰ ਦੋ ਫਿਰ ਓਨੀ ਜਲਦੀ ਆਪਣੀ ਕਲਾਸ ਹੈ ਜਿਹੜੀ ਸਟਾਰਟ ਹੋ ਜਾਣੀ ਹੈ ਜੀ ਜਲਦੀ ਕਰੋ ਜੀ ਜਲਦੀ 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 ਹਾਂਜੀ ਜਲਦੀ 100% ਜੀ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਜੀ ਓਨੀ ਜਲਦੀ ਹੀ ਆਪਾਂ ਆਪਣੀ ਕਲਾਸ ਨੂੰ ਸਟਾਰਟ ਕਰ ਦਾਂਗੇ ਤੇ ਕੱਲ ਵਾਲੇ ਕੁਐਸਚਨ ਕਿਵੇਂ ਲੱਗੇ ਸੀ ਨਾ ਕਹਿੰਦੇ ਸੀ ਤੁਹਾਡੀ ਡਿਮਾਂਡ ਦੇ ਉੱਤੇ ਲੈ ਕੇ ਆਇਆ ਸੀ ਕਹਿੰਦੇ ਸਾਰਾ ਥੋੜਾ ਜਾਇਂ ਕਰ ਲੋ ਮੈਂ ਕਿਹਾ ਚਲੋ ਕਰ ਲੈਨੇ ਆ ਠੀਕ ਹੈ ਜੀ ਚਲੋ ਸਸ਼ੀ ਕਾਲ ਜੀ ਗੁੱਡ ਮਾਰਨਿੰਗ ਸਰ ਜੀ ਲਵਪ੍ਰੀਤ ਯੂਕੇ ਰਾਮ ਰਾਮ ਜੀ ਸੀਤਾ ਰਾਮ ਸੋਨੂ ਸਰ ਵੌਇਸ ਕਰੋ ਆ ਸੋਨੂ ਜੀ ਆਵਾਜ਼ ਆਪਣੀ ਵਾਧੂ ਆ ਗੋਰਜ਼ੰਟ ਸਸ਼ੀ ਕਾਲ ਜੀ ਵਾਤੋ ਵੱਧ ਵੱਧ ਤੋਂ ਵੱਧ ਸ਼ੇਅਰ ਕਰ ਲੱਗ ਜਿਓ ਸਰ ਪੰਜਾਬੀ ਵਿੱਚ ਲੈ ਕੇ ਆਇਓ ਓਕੇ ਜੀ ਜ਼ਰੂਰ ਜੀ ਪੰਜਾਬੀ ਦੇ ਵਿੱਚ ਵੀ ਹੁੰਦੇ ਆ ਜੀ ਆਪਣੇ ਠੀਕ ਹੈ ਜਿੱਥੇ ਬਹੁਤ ਜ਼ਿਆਦਾ ਈਜ਼ੀ ਆ ਜਾਂਦੇ ਆ ਉੱਥੇ ਆਪਾਂ ਨੂੰ ਲੋਡ ਹੀ ਨਹੀਂ ਪੈਂਦੇ ਪੰਜਾਬੀ ਦੀ ਸਸੀਕਾਲ ਜੀ ਵੈਰੀ ਗੁੱਡ ਸਸੀਕਾਲ ਸਸੀਕਾਲ ਜੀ ਚਲੋ ਜੀ ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਚੱਲਦੇ ਆ ਆਪਣੇ ਪਹਿਲੇ ਕੁਐਸਚਨ ਦੇ ਵੱਲ ਲਓ ਜੀ ਪੰਜਾਬੀ ਮੰਗੀਆਂ ਨਾਲ ਪੰਜਾਬੀ ਦੇ ਵਿੱਚ ਵੀ ਹਾਜ਼ਰ ਹੈ ਕੈਂਟਾ ਜੀ ਕੁਐਸਚਨ ਸਰ ਜੀ ਓਕੇ ਜੀ ਕੈਂਟ ਹੀ ਮਿਲਣਗੇ ਐਸਆਰ ਦਾ ਮੁੱਖ ਆਪਾ ਯੋਗ ਕਿਹੜਾ ਹੈ ਐਸ ਆਰ ਦਾ ਮੀਨਸ ਸਿਲੀਕਾਨ ਕੰਟਰੋਲਡ ਰੈਕਟੀਫਾਇਰ ਸਿਲੀਕਾਨ ਕੰਟਰੋਲਡ ਰੈਕਟੀਫਾਇਰ ਦੀ ਗੱਲ ਕਰ ਰਹੇ ਨੇ ਜੀ ਸਿਲੀਕਾਨ ਕੰਟਰੋਲਡ ਰੈਕਟੀਫਾਇਰ ਫਾਇਰ ਦੀ ਗੱਲ ਕਰ ਰਹੇ ਹਾਂ ਜੀ ਦਾ ਮੁੱਖ ਅਪਯੋਗ ਕਿਹੜਾ ਹੈ ਜੀ ਚਲੋ ਦੱਸੋ ਸਾਰੇ ਜਾਣੇ ਕਹਿੰਦੇ ਜੀ ਡੀਬੀ ਡੀਬੀ ਸਾਰੇ ਜਾਣੇ ਸਾਰੇ ਜਾਣੇ ਭਾਈ ਸਾਰੇ ਜਾਣੇ ਵੱਧ ਤੋਂ ਵੱਧ ਅਕੇ ਸ਼ੇਅਰ ਵੀ ਕਰੀ ਚਲੋ ਜੀ ਕਿਹੜਾ ਹੋਊਗਾ ਰਾਈਟ ਕਹਿੰਦੇ ਜੀ ਸਪੀਡ ਕੰਟਰੋਲ ਆਫ ਮੋਟਰ ਹੋ ਜਾਊਗਾ ਅਸੀਂ ਕਹਿੰਦੇ ਇਹ ਵੀ ਕੰਟਰੋਲ ਦੀ ਗੱਲ ਕਰੀ ਜਾਂਦੇ ਹਾਂ ਜਿਵੇਂ ਤੁਸੀਂ ਫੁੱਲ ਫਾਰਮ ਦੱਸਤੀ ਕਹਿੰਦੇ ਸਾਰਾ ਬੀ ਕੰਟਰੋਲ ਦੀ 10 ਦੀ ਫੇਰ ਤਾਂ ਕੰਟਰੋਲ ਕਰਨ ਵਾਲਾ ਸਾਰ ਇੱਥੇ ਸਪੀਡ ਮੋਟਰ ਦੇ ਆ ਹੀ ਜਾਂਦੇ ਆ ਜੀ ਹਨਾ ਮੋਟਾ ਜਾਂ ਅੰਦਾਜ਼ਾ ਆਪਾਂ ਲਾ ਲਗੇ ਤਾਂ ਬ੍ਰਦਰ ਯਾਦ ਰੱਖਿਆ ਕਰੋ ਜਦੋਂ ਕਿਥੇ ਤੇ ਕਿਸੇ ਚੀਜ਼ ਦੀ ਫੁੱਲ ਫਾਰਮ ਆ ਜਾਂਦੀ ਹੈ ਨਾ ਫੁੱਲ ਫਾਰਮ ਭੁੱਲਿਆ ਨਾ ਕਰੋ ਠੀਕ ਹੈ ਜੀ ਬੋਲੋ ਬਬਾ ਦੋਸ਼ੀ ਚੀਜ਼ ਹੈ ਠੀਕ ਹੈ ਜੀ ਤਾਂ ਆਪਣੇ ਕੀ ਆ ਜਾਂਦਾ ਜੀ ਉਹਦੀ ਫੁੱਲ ਫਾਰਮ ਨਾ ਭੁੱਲਿਆ ਕਰੋ ਠੀਕ ਹੈ ਜੇਕਰ ਹੁਣ ਤੁਹਾਡੇ ਫੁੱਲ ਫਾਰਮ ਯਾਦ ਸੀ ਕਿ ਇਹਦੀ ਬੀ ਕੰਟਰੋਲਡ ਆ ਜਾਂਦਾ ਸਿਲੀਕੋਨ ਕੰਟਰੋਲਡ ਆ ਜਾਂਦਾ ਹਨਾ ਤਾਂ ਫਿਰ ਆਪਣੇ ਇੱਥੇ ਆਪਸ਼ਨ ਦੇ ਵਿੱਚ ਕੀ ਲਿਖਿਆ ਪਿਆ ਕੰਟਰੋਲ ਦੇਖਿਆ ਪਿਆ ਕਿ ਦੀ ਸਪੀਡ ਨੂੰ ਮੋਟਰ ਸਪੀਡ ਕੰਟਰੋਲ ਹੈ ਨਾ ਸਪੀਡ ਕੰਟਰੋਲ ਫ ਮੋਟਰ ਲਾ ਲੋ ਚਾਹੀ ਓਕੇ ਰਾਈਟ ਕਿਹੜਾ ਹੋ ਜੂਗਾ ਡੀ ਹੋ ਜੂਗਾ ਜੀ ਠੀਕ ਹੈ ਆਜੋ ਨੈਕਸਟ ਆਜੋ ਕਹਿੰਦਾ ਸੀ ਆਰਓ ਦੁਆਰਾ ਕਿਹੜੀ ਮਾਤਰਾ ਨੂੰ ਮਾਪਿਆ ਜਾਂਦਾ ਹੈ ਕੈਥੋਡ ਰੇ ਅ oscilloscop ਕੈਥੋਡ ਰੇ oscilloscop ਠੀਕ ਹੈ ਜੀ ਚਲੋ ਦੱਸੋ ਕਿਹੜਾ ਹੋ ਜੂ ਇਹਨਾਂ ਦਾ ਕਥੋ ਡਰੇ ਉਸਕੇ ਲਾਈਸਕੋਪ ਕਿਹੜਾ ਹੋ ਜੂ ਯਾਰ ਸ਼ੇਅਰ ਕਰਨ ਨਾਲ ਲੱਗੇ ਥੱਕ ਜਾਂਦੇ ਓਕੇ ਮੈਨੂੰ ਲੱਗਦਾ ਤੁਸੀਂ ਹਾਂਜੀ ਸ਼ੇਅਰ ਕਰਨ ਲੱਗੇ ਲੱਗਦਾ ਥੱਕ ਜਾਂਦੇ ਓ ਜਲਦੀ ਜਲਦੀ ਸ਼ੇਅਰ ਕਿਉਂ ਨਹੀਂ ਕਰਦੇ ਜੀ ਵੱਧ ਤੋਂ ਵੱਧ ਸ਼ੇਅਰ ਤਾਂ ਕਰੋ ਯਾਰ ਜਲਦੀ 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 ਸ਼ੇਅਰ ਕਰਨ ਦਾ ਵੀ ਹੱਕ ਬਣਦਾ ਜੀ ਜਿੰਨਾ ਵੱਧ ਸ਼ੇਅਰ ਕਰੋਗੇ ਉਹਨੇ ਕੁਐਸਚਨ ਵੱਧ ਲੈ ਕੇ ਆਵਾਂਗੇ ਜਿੰਨਾ ਸ਼ੇਅਰ ਵੱਧ ਤੋਂ ਵੱਧ ਹੋ ਜੂਗਾ ਉਹਨਾ ਕਲਾਸ ਦਾ ਟਾਈਮ ਲੌਂਗ ਲੈ ਕੇ ਜਾਇਆ ਕਰਾਂਗੇ ਉਹਨਾ ਆਪਾਂ ਕਲਾਸ ਨੂੰ ਜ਼ਿਆਦਾ ਟਾਈਮ ਤੱਕ ਲੈ ਜਾਇਆ ਕਰਾਂਗੇ ਕਹਿੰਦੇ ਜੀ ਏ ਏ ਏ ਫ੍ਰੀਕੁਐਂਸੀ ਬੀ ਵਾਲੇ ਵੀ ਹੈਗੇ ਆਪਾਂ ਜੀ ਕਹਿੰਦੇ ਜੀ ਇੰਡਕਟੈਂਸ ਰਿਸਿਸਟੈਂਸ ਪਾਵਰ ਫੈਕਟਰ ਓਕੇ ਏ ਮੈਂ ਅਲੱਗ-ਅਲੱਗ ਪੁੱਛਨੇ ਆ ਜਿਹੜਾ-ਜਿਹੜਾ ਆਨਸਰ ਦਿੰਦਾ ਹੈ ਜੀ ਏ ਏ ਏ ਏ ਚਲੋ ਏ ਵਾਲਿਓ ਤੁਹਾਨੂੰ ਭਾਈ ਹੁਣ ਪੁੱਛਣਾ ਆ ਸ시 ਕਾਲ ਜੀ ਕਰਨ ਬਿਲਹਾਂ ਜੀ ਮੈਨੂੰ ਇਹ ਦੱਸੋ ਫ੍ਰੀਕਵੈਂਸੀ ਕਿੰਨੀ ਹੁੰਦੀ ਹੈ ਜੀ ਫ੍ਰੀਕਵੈਂਸੀ ਕਿੰਨੀ ਹੁੰਦੀ ਹੈ ਆਪਣੇ ਇੰਡੀਆ ਆਪਣੇ ਇਧਰ ਦੀ ਗੱਲ ਹੀ ਕਰਾਂਗੇ ਦੱਸੋ ਭਾਈ ਇੰਡੀਆ ਦੇ ਵਿੱਚ ਫ੍ਰੀਕਵੈਂਸੀ ਕਿੰਨੀ ਹੁੰਦੀ ਹੈ ਜੀ ਦੱਸੋ 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 ਕਿੰਨੇ ਹੁੰਦੀ ਹੈ ਜੀ ਫ੍ਰੀਕਵੈਂਸੀ ਕਿਉਂਕਿ ਤਾਂ ਪੁੱਛ ਰਿਹਾ ਬ੍ਰਦਰ ਵਿੱਚ ਆਪਣੇ ਪ੍ਰਿੰਟਸ ਵਾਲੇ ਵੀ ਬੈਠੇ ਹੁੰਦੇ ਆ ਵੀਰ ਜਿੰਨੇ ਕਹਿੰਦੇ ਨੇ ਹੁੰਦੇ ਆ ਅਸੀਂ ਤਿਆਰੀ ਕਰਨੀ ਆ ਯਾਰ ਪ੍ਰਿੰਟਸ ਦੀ ਤਿਆਰੀ ਕਰਨੀ ਆ ਏਲ ਐਮ ਵਾਲੇ ਬੈਠੇ ਹੁੰਦੇ ਆ ਹਨਾ 50 ਹੁੰਦੀ ਆ ਅੱਛਾ ਤੇ ਇਹਦੇ ਵਿੱਚ ਉਤਰਾਚੜਾ ਕਿੰਨਾ ਨੂੰ ਦੇਖਣ ਨੂੰ ਮਿਲ ਜਾਂਦਾ ਹੁੰਦਾ ਕਿੰਨੇ ਹਰਟਜ਼ ਦੇ ਵਿੱਚ ਹੁੰਦਾ ਜੀ ਕਿੰਨੇ ਹਰਟਜ਼ ਦੇ ਵਿੱਚ ਉਤਰਾਚੜਾ ਦੇਖਣ ਨੂੰ ਮਿਲਦਾ ਹੁੰਦਾ ਸਾਰੇ ਜਣੇ ਦੱਸੋ ਕਿੰਨੇ ਪਰਸੈਂਟ ਦੇ ਵਿੱਚ ਮਿਲਦਾ ਹੁੰਦਾ ਇਹ ਵੀ ਦੱਸੋ ਕਿੰਨੇ ਹਰਟਜ਼ ਦੇ ਵਿੱਚ ਉਤਰਾਚੜਾ ਦੇਖਣ ਨੂੰ ਮਿਲਦਾ ਹੁੰਦਾ ਨਾਲ ਇਹ ਵੀ ਦੱਸੋ ਜੀ ਜਲਦੀ 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 ਸਾਰੇ ਜਾਨੇ ਕਿੰਨਾ ਆਪਾਂ ਨੂੰ ਉਤਰਾ ਚੜਾ ਇਹਨਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਕਿੰਨੇ ਹਾਰਡਸ ਦੇ ਵਿੱਚ ਤੇ ਕਿੰਨੇ ਪਰਸੈਂਟੇਜ ਦੇ ਵਿੱਚ ਸਾਰੇ ਜਾਨੇ 1.5 ਅੱਛਾ ਗੁਰਜੰਟ ਕਹਿੰਦੇ 1.5 ਜੀ ਤੇ ਆਪਣੇ ਪਰਸੈਂਟੇਜ ਦੀ ਜਦੋਂ ਗੱਲ ਕਰਦੇ ਆਂ 3% ਲੋਜੀ ਕਹਿੰਦੇ 3% ਤੱਕ ਹਾਂ ਜਦੋਂ ਆਪਣੇ 50 ਕਾਦੇ ਵਿੱਚ ਹੁੰਦੀ ਆ ਬ੍ਰਦਰ ਹਰਟ ਦੇ ਵਿੱਚ ਹੁੰਦੀ ਆ ਫ੍ਰੀਕਵੈਂਸੀ ਆਮ ਸੌਰੀ ਫ੍ਰੀਕਵੈਂਸੀ ਕਾਦੇ ਵਿੱਚ ਹੁੰਦੀ ਆ ਹਰਟ ਦੇ ਵਿੱਚ ਆਪਣੇ 1.5 ਹਰਟਸ ਤੇ ਜਦੋਂ ਪਰਸੈਂਟ ਦੇ ਪੁੱਛ ਤਿੰਨ ਅੱਛਾ ਜੀ ਚਲੋ ਮੈਨੂੰ ਇਹ ਇੰਡਕਟੈਂਸਾ ਤੇ ਇਹ ਛੱਡੋ ਮੈਨੂੰ ਪਾਵਰ ਫੈਕਟਰ ਦੱਸੋ ਤੁਹਾਨੂੰ ਪਾਵਰ ਫੈਕਟਰ ਕਿਹੜੀ ਸਪਲਾਈ ਤੇ ਕੰਮ ਕਰਦਾ ਹੈ ਪਾਵਰ ਫੈਕਟਰ ਕਿਹੜੀ ਸਪਲਾਈ ਤੇ ਕੰਮ ਕਰਦਾ ਹੈ ਦੱਸੋ 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 ਪਾਵਰ ਫੈਕਟਰ ਕਿਹੜੀ ਸਪਲਾਈ ਤੇ ਕੰਮ ਕਰਦਾ ਜੀ ਸਾਰੇ ਜਾਣੇ ਭਾਈ ਜੀ ਦੱਸੋ 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 ਪਾਵਰ ਫੈਕਟਰ ਕਿਹੜੀ ਸਪਲਾਈ ਤੇ ਕੰਮ ਕਰਦਾ ਜੀ ਕਿਹੜਾ ਰਾਈਟ ਹੋਊ ਏਸੀ ਤੇ ਕੰਮ ਕਰਦਾ ਆਲਟਰਨੇਟਿੰਗ ਤੇ ਕੰਮ ਕਰਦਾ ਪਾਵਰ ਫੈਕਟਰ ਦੇ ਵਿੱਚ ਆਪਾਂ ਜਦੋਂ ਵਗ ਜਾਂਦੇ ਆ ਲੀਡਿੰਗ ਹੁੰਦਾ ਹੈ ਆ ਬੋਲਟੇ ਦਾ ਆਪਣੀ ਸੇਮ ਰਹਿੰਦੀ ਹੈ ਜੀ ਬੋਲਟੇ ਸੇਮ ਰਹਿੰਦੀ ਹੈ ਪੀਕ ਹੁੰਦਾ ਚਲੋ ਇਹਨਾਂ ਬਾਰੇ ਬਹਾਲੀ ਗੱਲ ਨਹੀਂ ਕਰਦੇ ਆਪਾਂ ਕੀਤੀ ਹੋਈ ਹੈ ਇੱਕ ਤਾਂ ਇਹਦੇ ਵਿੱਚ ਲੇਕਿੰਗ ਆ ਜਾਂਦਾ ਹੁੰਦਾ ਇੱਕ ਇਹਦੇ ਵਿੱਚ ਲੀਡਿੰਗ ਆ ਜਾਂਦਾ ਹੁੰਦਾ ਠੀਕ ਹੈ ਵੋਲਟੇਜ ਦੇ ਮੁਕਾਬਲ ਵੋਲਟੇਜ ਸੇਮ ਰਹਿੰਦੀ ਹੈ ਇਹਦੇ ਵਿੱਚ ਆਪਾਂ ਨੂੰ ਕਰੰਟ ਵਧਦਾ ਘਟਦਾ ਜਦੋਂ ਕਰੰਟ ਪਿੱਛੇ ਰਹਿ ਗਿਆ ਲੇਕਿੰਗ ਹੋ ਜਾਊਗਾ ਜਦੋਂ ਅੱਗੇ ਚੱਲ ਗਿਆ ਲੀਡਿੰਗ ਹੋ ਜਾਊਗਾ ਆਜੋ ਨੈਕਸਟ ਆਜੋ ਹੁਣ ਇਹਦਾ ਰਾਈਟ ਕਿਹੜਾ ਹੋ ਗਿਆ ਫ੍ਰੀਕਵੈਂਸੀ ਹੋ ਗਿਆ ਚਲੋ ਨੈਕਸਟ ਕੁਐਸਚਨ ਹੈ ਦਸ਼ਮਲਵ ਸੰਖਿਆ ਨੂੰ ਬਾਈਨਰੀ ਸੰਖਿਆ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਦਸ਼ਮਲਵ ਨੂੰ ਬਾਈਨਰੀ ਦੇ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਕਿਵੇਂ ਬਦਲਿਆ ਜਾ ਸਕਦਾ ਜੀ ਦੱਸੋ ਭਾਈ ਕੋਈ ਮੈਥ ਵਾਲਾ ਵੀ ਬੈਠਾ ਹੋਊਗਾ ਜਲਦੀ 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 ਨਾਲ ਸ਼ੇਅਰ ਕਰੀ ਚੱਲੋ ਯਾਰ ਉਈ ਭਰਾਵਾ ਦੱਸ ਦਾਂਗੇ ਠੀਕ ਆ ਕੈਪੈਸਟਰਾਂ ਤੇ ਵੀ ਆਉਣਗੇ ਦੱਸ ਦਾਂਗੇ ਹੁਣ ਜੇ ਹੁਣ ਮੈਂ ਇਸ ਤੋਂ ਅਲੱਗ ਚੱਲ ਕੇ ਗੱਲ ਕਰਦਾ ਉਹ ਸਾਰਿਆਂ ਦਾ ਇੰਟਰਸਟ ਟੁੱਟ ਜਾਂਦਾ ਠੀਕ ਆ ਜ਼ਰੂਰ ਬਾਈ ਇਸ ਤੇ ਗੱਲ ਕਰਾਂਗੇ ਕੈਪੈਸਟਰ ਠੀਕ ਆ ਹੁਣ ਜਦੋਂ ਆਪਾਂ ਮੋਟਰਾਂ ਦੀ ਗੱਲ ਕਰਦੇ ਹੁੰਦੇ ਸੀ ਨਾ ਕੈਪੈਸਟਰ ਇਹਨਾਂ ਦੇ ਲਈ ਨਾ ਵਿੱਚ ਕੀ ਕੀਤੀ ਜਾਂਦੀ ਆ ਆਕਸਿਲਰੀ ਵਾਈਂਡਿੰਗ ਕਰਦੇ ਹੁੰਦੇ ਹੁੰਦੇ ਆ ਅਲੱਗ ਤੋਂ ਠੀਕ ਆ ਉਹ ਫਿਰ ਇਸ ਨੂੰ ਸਹਾਰਾ ਦੇਣ ਦਾ ਕੰਮ ਕਰ ਜਾਂਦਾ ਹੁੰਦਾ ਠੀਕ ਹੈ ਜੀ ਹੁਣ ਮੈਂ ਮੈਂ ਇਹਦੇ ਵਿੱਚ ਬੋਲੂੰਗਾ ਗਲਤ ਹੋ ਜਾਊਗਾ ਚਲੋ ਇਹਦੇ ਵਿੱਚ ਹੁਣ ਰਾਈਟ ਦੱਸੋ ਇਹਨਾਂ ਦਾ ਕਿਹੜਾ ਦਸ਼ਮਲਵਾਂ ਸੰ ਡਿਵਾਈਡਿੰਗ ਹੈ ਬੱਲੇ ਜੀ ਬੱਲੇ ਏ ਸੀ ਏ ਸੀ ਇੱਕ ਮਾਥਿਆ ਮੈਥ ਵਾਲਾ ਲੈ ਚੱਲ ਗਿਆ ਪਤਾ ਲੱਗ ਜੂ ਕਿਹਦਾ ਕਿਹਦਾ ਮੈਥਾ ਹੈ ਡਿਵਾਈਡਿੰਗ ਡੈਸੀਮਲ ਹਾਂ ਬਿਲਕੁਲ ਸੀ ਵਾਲੇ ਸੀ ਵਾਲਿਓ ਸਹੀ ਆ ਚਲੋ ਇਹ ਤੇ ਬਾਹਰ ਨਹੀਂ ਉਲਝਾਉਂਦੇ ਮੈਥ ਵਾਲਾ ਆ ਗਿਆ ਅੱਛਾ ਕੌਣ ਫਿਲਟਰ ਸਰਕਟ ਰੈਕਟੀਫਾਇਰ ਸਰਕਟ ਵਿੱਚ ਵੋਲਟੇਜ ਸਪਾਈਕਸ ਨੂੰ ਹਟਾਉਣ ਦੇ ਲਈ ਸਮਰਥ ਹੈ ਕੌਣ ਸਮਰਥ ਹੈ ਵੀ ਆਪਣੇ ਰੈਕਟੀਫਾਈ ਸਰਕਟ ਵਿੱਚੋਂ ਬੋਲਟ ਸਪਾਈਕਸ ਨੂੰ ਹਟਾਉਣ ਦੇ ਲਈ ਕੌਣ ਸਮਰਥ ਹੁੰਦਾ ਹੈ ਪੱਜੋ ਨਾ ਜਾਇਆ ਨਾ ਕਰੋ ਵੀ ਔਖੇ ਆ ਗਏ ਸੌਖੇ ਕਰਾਉਣ ਵਾਲੇ ਬਹੁਤ ਮਿਲ ਜਾਣਗੇ ਭਾਈ ਜੀ ਸਿੱਖਣਾ ਦਾ ਕੋਸ਼ ਆਪਾਂ ਔਖਾ ਸੌਖੇ ਤਾਂ ਆਪਾਂ ਨੂੰ ਸ਼ਾਇਦ ਕਿਤੋਂ ਵੀ ਜਿੱਦੇ ਪੇਪਰ ਹੋਇਆ ਉਹਦੇ ਸੌਖੇ ਸੌਖੇ ਪੜ ਲਾਂਗੇ ਬੱਟ ਪੰਗਾ ਤਾਂ ਉਹਦੇ ਆ ਵੀ ਉਹਦੇ ਔਖੇ ਨਹੀਂ ਪੜੇ ਜਾਣੀ ਠੀਕ ਹੈ ਜੀ ਸਿੱਖਣ ਦਾ ਟਾਈਮ ਹੁਣ ਹੈਗਾ ਤੇ ਤਾਂ ਕਰਕੇ ਬਣੇ ਰਿਹਾ ਕਰੋ ਵੱਧ ਤੋਂ ਵੱਧ ਨਾਲ ਸ਼ੇਅਰ ਵੀ ਕਰੀ ਚੱਲਿਆ ਕਰੋ ਸ਼ੇਅਰ ਕਰਨ ਲੱਗੇ ਪਿਓ ਪਤਾ ਨਹੀਂ ਕਿਉਂ ਯਾਰ ਉਂਗਲਾਂ ਤੋਂ ਖੁਲ ਲੱਗ ਜਾਂਦੀਆਂ ਆਪਣੀਆਂ ਵੱਧ ਤੋਂ ਵੱਧ ਕਰਿਆ ਕਰੋ ਨਾ ਸ਼ੇਅਰ ਕਿਹੜਾ ਹੋ ਜੂਗਾ ਜੀ ਏ ਸੀ ਏ ਸੀ ਵੱਧ ਤੋਂ ਵੱਧ ਯਾਰ ਸ਼ੇਅਰ ਤਾਂ ਕਰੋ ਜਿਹੜੇ ਨਵੇਂ ਜੋੜੇ ਹੋ ਆਪਣੇ ਨਵੇਂ ਆਪਣੇ ਪੁਰਾਣਿਆਂ ਨੂੰ ਸਾਰਾ ਪਤਾ ਹੈ ਕਹਿੰਦੇ ਜੀ ਸੀ 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 ਹ ਕਪੈਸਿਟਰ ਐਂਡ ਪੋਰਟ ਫਿਲਟਰ ओके जी ਕਹਿੰਦੇ ਕਰਤਾ ਸੀ ਸੀ ਏ ਜਲਦੀ ਜਲਦੀ ਫਿਰ ਆਨਸਰ ਵੀ ਜਿੰਨੇ ਜਾਣੇ ਬੈਠੇ ਹੋ ਨਾਲ ਦੀ ਨਾਲ ਸਾਰੇ ਸਾਰੇ ਆਨਸਰ ਦਿਆ ਕਰੋ ਬਾਈ ਆਨਸਰ ਦਿਆ ਕਰੋ ਠੀਕ ਹੈ ਕੋਈ ਗਲਤ ਕੋਈ ਸਹੀ ਕਿਸੇ ਦਾ ਕੋਈ ਨਹੀਂ ਮੈਂ ਬੈਠਾ ਸਹੀ ਕਰਨ ਦੂੰ ਠੀਕ ਹੈ ਜੀ ਤਾਂ ਤੁਸੀਂ ਆਪ ਦਾ ਆਨਸਰ ਦਿਆ ਕਰੋ ਕਿਹੜਾ ਹੋ ਜੂਗਾ ਏ ਸੀ ਏ ਸੀ ਦੇਖੋ ਏ ਵਾਲੇ ਵੀ ਕਾਫੀ ਆ ਤੇ ਸੀ ਵਾਲੇ ਵੀ ਕਾਫੀ ਆ ਇਹਦੇ ਵਿੱਚ ਨਾ ਬ੍ਰਦਰ ਇੱਕ ਫਿਲਟਰ ਰੈਕਟੀਫਾਇਰ ਸਰਕਟ ਵਿੱਚੋਂ ਬੋਲਟ ਸਪਾਈਕਸ ਨੂੰ ਹਟਾਉਣ ਦੇ ਲਈ ਐਲ ਸੀ ਫਿਲਟਰ ਦੀ ਯੂਜ਼ ਕੀਤੀ ਜਾਂਦੀ ਹੈ ਜੀ ਐਲ ਸੀ ਫਿਲਟਰ ਦਾ ਠੀਕ ਹੈ ਕਿਹੜਾ ਸਾਧਨ ਮਾਪਿਆ ਮਾਪਿਆ ਜਾਂ ਪਰਖੀਆਂ ਗਈਆਂ ਮਾਤਰਾਵਾਂ ਨੂੰ ਵਿਜ਼ੂਅਲ ਪ੍ਰਦਾਨਤਾ代表ਨਤਾ ਪ੍ਰਦਾਨ ਕਰਦਾ ਹੈ ਵਿਚ ਇਨਸਟਰੂਮੈਂਟ ਪ੍ਰੋਵਾਈਡਸ ਵਿਜ਼ੂਅਲ ਰਿਪਰਜੈਂਸ਼ਨ ਆਫ ਮੈਜ਼ਰਡ ਆਫ ਟੈਸਟਡ ਕੁਆਂਟੀਟੀ ਦੱਸੋ ਕਿੰਨਾ ਹੋ ਜੂਗਾ ਜੀ ਕਿੰਨੀਆਂ ਕੁਆਂਟੀਟੀ ਹੋ ਜਾਣੀ ਹੈ ਆਪਣੇ ਕੋਲੇ ਵੋਲਟਸ ਰੈਪਲਾਈਜ਼ ਆਰ ਫੰਕਸ਼ਨ ਜਨਰੇਟਰ ਕੈਥੋਡ ਅਰੇ ऑस्किलेजर ਦੇਖੋ ਜਦੋਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਨਾ ਉਸ ਦੇ ਵਿੱਚ ਆਪਣੇ ਕੀ ਆ ਗਿਆ ਸੀ ਇਹ ਆ ਨਾ ਫੁੱਲ ਫਾਰਮ ਆ ਗਈ ਸੀ ਕਿ ਜਦੋਂ ਆਪਾਂ CRO ਦੀ ਗੱਲ ਕੀਤੀ ਹੈ ਵਿੱਚ ਉਸ ਤਰ੍ਹਾਂ ਦੇਖ ਲਿਆ ਕਰੋ ਹੁਣ CRO ਦੀ ਹੁਣ ਫੁੱਲ ਫਾਰਮ ਕਿਹੜੀ ਆ ਗਈ CRO ਮੈਂ ਬੋਲੀ ਜਾਂਦਾ ਸੀ ਨਾ ਕੈਥੋਡ ਰੇ ऑਸਕਿਲਾਈਸੋਕੋਪ ਹੈ ਨਾ ऑਸਕਿਲਾਈਸੋਕ ਤੇ ਕਿਹੜਾ ਆ ਜਾਂਦਾ ਸਰ ਠੀਕ ਹੈ ਜੀ ਤਾਂ ਕਿਹੜਾ ਆ ਜੂਗਾ ਇਹਨਾਂ ਦਾ ਕਿਹੜਾ ਆ ਜੂ ਜੀ ਸੀ ਸੀ ਕਹਿੰਦੇ ਜੀ ਸੀ ਅੱਛਾ ਜਿਹੜਾ ਮੈਂ ਟਿਕ ਕਰੀ ਜੰਨਾ ਹੁਣ ਉਸੇ ਦੀ ਕਹਤਾ ਵੀ ਇਹੀ ਰਾਈਟ ਹੋ ਜੂਗਾ ਬਿਲਕੁਲ ਫਿਰ ਇਹੀ ਰਾਈਟ ਹੋ ਜੂਗਾ ਹੋਰ ਤਾਂ ਕੀ ਹੈ ਠੀਕ ਹੈ ਜੀ ਨਾਲੇ ਫੁੱਲ ਫਾਰਮ ਇਹਦੀ ਦੇਖ ਲਿਓ ਜਿਹੜਾ ਮੈਂ ਨਾ ਬੋਲਿਆ ਸੀ ਉਹ ਤਾਂ ਮੈਂ ਬੋਲ ਗਿਆ ਸੀ ਇੱਕ ਇੱਕ ਕਿਰਿਆਸ਼ੀਲ ਭਾਗ ਕਿਹੜਾ ਹੈ ਕਿਰਿਆਸ਼ੀਲ ਕਿਹੜਾ ਹੁੰਦਾ ਇੱਕ ਤਾਂ ਹੁੰਦਾ ਐਕਟਿਵ ਤੇ ਇੱਕ ਹੁੰਦਾ ਪੈਸਿਵ ਉਹਨਾਂ ਦੀ ਗੱਲ ਕਰ ਰਿਹਾ ਜੀ ਐਕਟਿਵ ਤੇ ਪੈਸਿਵ ਦੀ ਗੱਲ ਕਰ ਰਿਹਾ ਠੀਕ ਹੈ ਐਕਟਿਵ ਉੱਪਰ ਲਿਖਿਆ ਹੋਇਆ ਕਿਰਿਆਸ਼ੀਲ ਕਿਹੜਾ ਹੁੰਦਾ ਬਾਈ ਜੀ ਐਕਟਿਵ ਸਾਈਡ ਨੂੰ ਆਪਣੇ ਕਿਰਿਆਸ਼ੀਲ ਕਹਿ ਦਿੰਦੇ ਆ ਐਕਟਿਵ ਤੇ ਸੈਕੰਡ ਹੁੰਦਾ ਪੈਸਿਵ ਇਹਨਾਂ ਦੇ ਵਿੱਚੋਂ ਇੰਡਕਟਰ ਸਿਸਟਰ ਕੈਪੈਸਟਰ ਟ੍ਰਾਂਸਿਸਟਰ ਕਿਹੜਾ ਹੋ ਜਾਊਗਾ ਜੀ ਕਿਹੜਾ ਹੋਊ ਰਾਈਟ ਹੈ ਇਹਨਾਂ ਦੇ ਵਿੱਚੋਂ ਦੱਸੋ 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 ਐਕਟੇਜ ਦੇ ਵਿੱਚ ਕੀ ਆ ਜਾਂਦੇ ਹੁੰਦੇ ਆ ਪੀ ਐਨ ਪੀ ਐਨ ਪੀ ਐਨ ਡੋਇਡ ਆ ਜਾਂਦੇ ਹੁੰਦੇ ਆ ਇਲੈਕਟ੍ਰੋਨਿਕਸ ਦੇ ਵਿੱਚ ਕੀ ਆ ਜਾਂਦਾ ਹੁੰਦਾ ਪੈਸਿਵ ਦੇ ਵਿੱਚ ਆਰ ਐਲ ਸੀ ਵਗੈਰਾ ਆ ਜਾਂਦੇ ਆ ਹਨਾ ਜੀ ਤਾਂ ਦੱਸੋ ਇਹਨਾਂ ਦੇ ਵਿੱਚੋਂ ਹੁਣ ਕਿਰਿਆ ਸ਼ੀਲ ਦਾ ਇੱਕ ਗੱਲ ਪੁੱਛ ਰਿਹਾ ਆਪਣੇ ਕਿਹੜਾ ਹੋ ਜੂਗਾ ਜਲਦੀ 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 ਨਾਲ ਸ਼ੇਅਰ ਵੀ ਕਰੀ ਚੱਲੋ ਯਾਰ ਕਿਉਂ ਥੱਕਦੇ ਹੁੰਨੇ ਹੋ ਬਾਈ ਨਾਲ ਆਪਣੇ ਕੋਈ ਹੋਰ ਰਲ ਜੂ ਯਾਰ ਮੈਨੂੰ ਲੱਗਦਾ ਤੁਸੀਂ ਬੋਰ ਹੋ ਕੇ ਵੀ ਕੁਐਸਚਨ ਕਹੇ ਜੇ ਆਗੇ ਹਨਾ ਜੇ ਮੈਂ ਕਹਾਂ ਨੂੰ ਇਹੀ ਚੱਕ ਲੈਂਦੇ ਨਾ ਟਰਾਂਸਫਾਰਮਰ ਤੇ ਪੁੱਠੇ ਫੇਰ ਬ੍ਰੀਜਰ ਆ ਗਿਆ ਤੇਲ ਆ ਗਿਆ ਸਿਲੀਕੋਨ ਜੈਲ ਲਾ ਗਈ ਉਹਦੇ ਵਿੱਚ ਟਿਕ 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 ਨਾਲ ਦੀ ਨਾਲ ਅੰਸਰ ਵੱਧ ਤੋਂ ਵੱਧ ਕਰਤਾ ਸ਼ੇਅਰ ਵੀ ਸੌਖੇ ਸੌਖੇ ਜੀ ਆਜੋ 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 ਹਨਾ ਸਸਤੇ ਕਰਤੇ ਤਾਂ ਇਹਦੇ ਵਿੱਚੋਂ ਕਿਹੜਾ ਹੋ ਜਾਊਗਾ ਟਰਾਂਸਿਸਟਰ ਹੁੰਦਾ ਟਰਾਂਸਿਸਟਰ ਮੈਂ ਨਾ ਹੁਣ ਜਿੰਨਾਂ ਨੇ ਇੱਥੇ ਕੋਰਸ ਲਿਆ ਹੋਇਆ ਸਾਡੀ ਗੱਲ ਪਤਾ ਕਿੱਥੇ ਚੱਲੀ ਜਾਂਦੀ ਆ ਟਰਾਂਸਿਸਟਰਾਂ ਤੇ ਅਸੀਂ ਗੱਲ ਕਰੀ ਜਾਂਦੇ ਆ ਉਥੇ ਪਤਾ ਅਸੀਂ ਟਰਾਂਸਿਸਟਰਾਂ ਤੇ ਕਿਹੜੀ ਗੱਲ ਕਰੀ ਜਾਂਦੇ ਆ ਭਾਈ ਐਨ ਪੀ ਐਨ ਤੇ ਵੀ ਚੱਲੀ ਜਾਂਦੀ ਆ ਤੇ ਐਂਡ ਪੀ ਐਨ ਪੀ ਤੇ ਵੀ ਗੱਲ ਚੱਲੀ ਜਾਂਦੀ ਆ ਠੀਕ ਹੈ ਜੀ ਇਹਨਾਂ ਦੇ ਵਿੱਚ ਆ ਜਾਂਦਾ ਇੱਕ ਅਮੀਟਰ ਆ ਜਾਂਦਾ ਹੁੰਦਾ ਦੂਜਾ ਕੀ ਆ ਜਾਂਦਾ ਹੁੰਦਾ ਦੂਜਾ 베ਸ ਆ ਜਾਂਦਾ ਤੀਜਾ ਆ ਜਾਂਦਾ ਹੁੰਦਾ ਕਲੈਕਟਰ ਆ ਜਾਂਦਾ ਹੁੰਦਾ ਠੀਕ ਹੈ ਜੀ ਇਹ ਆਪਣੇ ਇੱਕ ਦੀ ਸੰਖਿਆ ਇੱਕ ਹੈਵੇ ਲਈ ਹੁੰਦੀ ਆ ਕੱਲ ਆਪਾਂ ਗੱਲ ਕੀਤੀ ਆ ਇੱਕ 베ਸ ਹੁੰਦਾ ਇੱਕ ਕਲੈਕਟਰ ਹੁੰਦਾ ਜੀ ਠੀਕ ਹੈ ਜੀ ਐਕਟਿਵ ਤੇ ਪੈਸਿਵ ਬ੍ਰਦਰ ਹੁਣੇ ਮੈਂ ਤੁਹਾਨੂੰ ਕੀ ਸਮਝਾਵਾਂ ਹੁਣ ਐਨਪੀਐਨ ਤੇ ਵੀ ਗੱਲ ਕਰ ਲਾਂਗੇ ਕਾਫੀ ਲੌਂਗ ਚੱਲਿਆ ਜਾਣਾ ਹੁਣ ਟਰਾਂਜ਼ਿਸਟਰਾਂ ਦੀ ਜਿਹੜਾ ਸਹੀ ਹੋ ਗਿਆ ਸੀ ਠੀਕ ਹੈ ਜੀ ਡੀ ਲੌਗ ਕਰਤਾ ਬਿਲਕੁਲ ਰਾਈਟ ਹੋ ਗਿਆ ਠੀਕ ਹੈ ਜੀ ਤਾਂ ਹੀ ਕਹਿਣਾ ਹੁੰਦਾ ਇੱਥੋਂ ਇੱਕ ਸਹਾਰਾ ਦਿੱਤਾ ਜਾਂਦਾ ਬਈ ਇਹ ਤਾਂ ਇੱਕ YouTube ਕੀ ਹੁੰਦੀ ਆ ਇੱਕ ਸਹਾਰਾ ਹੁੰਦੀ ਆ ਠੀਕ ਹੈ ਜੀ ਆਪਣੇ ਪ੍ਰੋਪਰਲੀ ਤਿਆਰੀ ਇਸ ਦੇ ਵਿੱਚ ਨਹੀਂ ਹੁੰਦੀ ਠੀਕ ਹੈ ਸਹਾਰਾ ਸਾਨੂੰ ਜ਼ਰੂਰ ਮਿਲ ਜਾਂਦਾ ਇੱਕ ਗੱਲ ਕਹਿਣਾ ਜਿਹੜਾ ਅੱਜ ਤੋਂ ਲੈ ਕੇ ਹੁਣ ਲਾਈ ਜਾਂਦਾ ਨਾ ਕਲਾਸਾਂ ਪੇਪਰ ਤੱਕ ਲਾ ਆ ਗਿਆ ਉਹ ਆਖੂਗਾ ਬਾਈ ਸਵਾਦ ਲਿਆਦਾ ਕਲਾਸਾਂ ਨੇ ਪੂਰਾ ਸਹਾਰਾ ਲੱਗ ਗਿਆ ਆਪਾਂ ਨੂੰ ਪੇਪਰ ਦੇ ਵਿੱਚ ਇਹ ਮੈਥੋਂ ਚਾਹੇ ਰਿਟਨ ਦੇ ਵਿੱਚ ਲੈ ਲੋ ਅੱਛਾ ਆਈਈ ਨਿਯਮਾਂ ਦੇ ਅਨੁਸਾਰ ਇੱਕ ਮੱਧ ਵੋਲਟੇਜ ਘਰੇਲੂ ਸਥਾਪਨ ਵਿੱਚ ਕਿਸੇ ਵੀ ਦੋ ਕੰਡਕਟਰਾਂ ਵਿਚਕਾਰ ਇਨਸੂਲੇਸ਼ਨ ਪ੍ਰਤੀਰੋਧ ਕੀ ਹੈ ਕੀ ਹੋਊਗਾ ਜੀ ਇਨਸੂਲੇਸ਼ਨ ਪ੍ਰਤੀਰੋਧ ਕੀ ਹੁੰਦਾ ਜੀ ਹਾਂ ਬਿਲਕੁਲ بیس ਕਲੈਕਟਰ ਤੇ ਨਾਲ ਆਪਣੇ ਗੁਰਜੰਟ ਤੇ ਲਾਪਰੀਤਾ ਐਮੀਟਰ ਵੀ ਹੁੰਦਾ ਬਾਈ ओके ओके ਕਿਹੜਾ ਹੋ ਜੋ ਜੀ ਕੱਟ ਇੱਕ ਵਾਸਤੇ ਤੇ ਫੋਨ ਲਾ ਸਕਦੇ ਅੱਛਾ ਜੀ ਵੀ ਬੇਚ ਵਾਲਾ ਕੰਮ ਸਾਰਾ YouTube ਤੇ ਕਰਕੇ ਜਾਉ ਜੀ ਹਨਾ ਇਹ ਨਹੀਂ ਕੰਮ ਹੋਣਾ ਕੁਝ ਕਲਾਸਾਂ ਆਪਣੀਆਂ ਸਟਾਰਟਿੰਗ ਦੇ ਵਿੱਚ ਜਿਹੜਾ ਜਿੱਦਾ ਚੱਲ ਜ ਜਾਂਦਾ ਉਹਦੇ ਵਿੱਚ ਆਪਾਂ ਹਨਾ ਤੇ ਨਾਲ ਲਾਈਆਂ ਵੀ ਸੀਗਾਂ ਉਹਦੇ ਵਿੱਚ ਵਿੱਚ ਐਕਸਪਲੇਨ ਵੀ ਕਰਦੇ ਰਹੇ ਆ ਤਾਂ ਕੀ ਹੋ ਜਾਊਗਾ ਇਹਨਾਂ ਦੇ ਵਿੱਚੋਂ ਦੱਸੋ ਜੀ ਸਾਰੇ ਜਣੇ ਕਿਹੜਾ ਹੋ ਜਾਊਗਾ ਜੀ 1 ਮੈਗਾ ਓਮ ਹੋ ਜਾਊਗਾ ਆਪਣੇ ਇਹਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਗੱਲ ਕਰਦੇ ਆ ਨਾ ਪੀ ਐਨ ਨਿਊਟਨ ਦੀ ਗੱਲ ਕਰਦੇ ਆ ਮੋਟਰ ਆਵੇ ਟਰਾਂਸਫਾਰਮਰ ਆਵੇ ਆਲਟਰਨੇਟਰ ਆਵੇ ਹਨਾ ਕੁਝ ਵੀ ਆ ਗਿਆ ਜੇ ਤਾਂ ਇਹਨਾਂ ਦੀ ਗੱਲ ਕਰਦੇ ਆ ਤਾਂ ਇਹਨਾਂ ਦੀ ਜਿਹੜੀ ਬਾਹਰੀ ਬੋਡੀ ਦੀ ਗੱਲ ਕਰ ਲੈਂਦੇ ਆ ਨਾ ਠੀਕ ਹੈ ਤਾਂ ਇਹਨਾਂ ਦੇ ਵਿੱਚ ਕੀ ਆ ਜਾਂਦਾ ਚਾਹੇ ਕੋਈ ਫਰੇਮ ਹੋ ਗਿਆ ਕਿਸੇ ਚੀਜ਼ ਦਾ ਉਹਨਾਂ ਦਾ 1 ਓਮ ਤੋਂ ਉੱਪਰ ਹੀ ਹੋਣਾ ਚਾਹੀਦਾ ਕਿੰਨਾ ਤੇ ਹੋਣਾ ਚਾਹੀਦਾ ਮੋਰ ਥੈਨ 1 ਓਮ ਤੋਂ ਉੱਪਰ ਹੋਣਾ ਚਾਹੀਦਾ ਚਾਹੇ ਟਰਾਂਸਫਾਰਮਰ ਦੀ ਗੱਲ ਕਰਦੇ ਆ ਆਲਟਰਨੇਟਰ ਦੀ ਗੱਲ ਕਰਦੇ ਆ ਜਸ਼ਨਦੀਪ ਸੱਸੀ ਕਾਲ ਜੀ ਠੀਕ ਹੈ ਜੀ ਕਿਸੇ ਮੋਟਰ ਦੀ ਗੱਲ ਕਰਦੇ ਆ ਫਰੇਮ ਦੀ ਗੱਲ ਕਰਦੇ ਆ ਉਹਨਾਂ ਦਾ 1 ਓਮ ਤੋਂ ਜ਼ਿਆਦਾ ਹੀ ਹੋਣਾ ਚਾਹੀਦਾ ਇਜ਼ੂਲੇਸ਼ਨ ਜਦੋਂ ਪ੍ਰਤੀਰੋਧ ਦੀ ਆ ਕਰੀ ਜਾਂਦੇ ਆ ਆਪਾਂ ਹਣਾ ओके ओके ਕਹਿੰਦਾ ਬੀ 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 ਹਾਂ ਬਿਲਕੁਲ ਰਾਈਟ ਆ ਅੱਛਾ ਹੁਣ ਦੱਸੋ ਘਰੇਲੂ ਖਪਤਕਾਰ ਲਈ ਘਰੇਲੂ ਖਪਤਕਾਰਾਂ ਆਪਾਂ ਲਈ ਅਪਣਾਈ ਗਈ ਏਸੀ ਵੰਡ ਲਾਈਨ ਵਿੱਚ ਵੋਲਟੇਜ ਅਨੁਪਾਤ ਕੀ ਹੈ ਦੱਸੋ ਭਈ ਇਹਨਾਂ ਦੇ ਵਿੱਚੋਂ ਫਿਰ ਵੋਲਟੇਜ ਅਨੁਪਾਤ ਪੁੱਛੀ ਜਾਂਦਾ ਕਿਹੜਾ ਹੋ ਜਾਊਗਾ ਗੁਰਜੰਟ ਅਮਨ ਵਿਨਾਇਕ ਲਪ੍ਰਿਤ ਬਾਈ ਸ਼ੇਅਰ ਕਰੀ ਜਾਨੇਓ ਸਾਰੇ ਜਾਨੇ ਲਾਪੜੀ ਜਸ਼ਨਦੀਪ ਬੂਟਾ ਨਮੋਸ਼ ਬਲਜੀਤ ਅਮਨ ਵਨਾਈਕ ਜੀ ਅੱਛਾ ਜੀ ਆਲਮਪੁਰੀਆ ਯਾਰ ਬੱਲੇ ਜੀ ਬੱਲੇ ਕ੍ਰਿਸ਼ਨ ਕੰਬੋਜ਼ ਸੰਜੂ ਵਾਤ ਤੋਂ ਬਾਅਦ ਸ਼ੇਅਰ ਕਰੀ ਚਲੋ ਜੀ ਸਾਰਿਆਂ ਨੂੰ ਸਦੀਰ ਸੰਝੇ ਰਵੀ ਕੁਮਾਰ ਅਮਨ ਵਨਾਈਕ ਦੇਖਦੇ ਕੌਣ ਕੌਣ ਅਨਸਰ ਦਿੰਦਾ ਇਸ ਦਾ ਅਮਨ ਵਨਾਈਕ ਮਿੰਟੂ ਸੈਨ ਹਰਸ਼ ਬਰਾੜ ਸੀਤਾ ਰਾਮ ਬੂਟਾ ਨਮੋਸ਼ ਮਨਪ੍ਰੀਤ ਪਿਸ਼ੋਰੀਆ ਆਲਮਪੁਰੀਆ ਯਾਰ ਗੁਰਜਿੰਤ ਸਿੰਘ ਕ੍ਰਿਸ਼ਾ ਨੇ ਕੰਬੋਜ਼ਾ ਸੰਜੂ ਜਸ਼ਨ ਸੀਤਾ ਰਾਮ ਬਲਜੀ ਜਸ਼ਨਦੀਪ ਮੋਨੂ ਕੁਮਾਰ ਦਗਤਾਰ ਸਿੰਘ ਬੋਰੇਵਾਲੀਆ ਠੀਕ ਆ ਮਨਪ੍ਰੀਤ ਪਸ਼ੋਰੀਆ ਲਖਪ੍ਰੀਤ ਸਿੰਘ ਬਬਲੀ ਸ਼ਰਮਾ ਦੇਖਦੇ ਆ ਜੀ ਕੌਣ ਹਰਸ਼ ਬਰਾੜ ਸੰਜੂ ਕਿਰਨ ਗੁਰਜੰਟ ਅਮਨ ਬਨਾਇਕ ਤੇ ਸੀਤਾ ਰਾਮ ਠੀਕ ਆ ਦੇਖਦੇ ਆ ਏ ਏ ਏ ਏ ਏ ਦੇ ਵਿੱਚ ਆਂਸਰ ਬੜੇ ਚੱਲੇ ਆ ਜੀ ਅਮਨ ਬਨਾਇਕ ਸੋਨੂ ਸੋਨੂ ਏ 415 ਪਹਿਲਾ ਆਪਣੀ ਕਿਹੜੀ ਲਾਈਨ ਮੀਜ਼ ਆ ਰਹੀ ਆ 33 ਕੇਵੀ ਆ ਰਹੀ ਆ ਫਿਰ ਉਸ ਤੇ ਆਪਾਂ ਸਟੈਪ ਡਾਊਨ ਕਰਕੇ ਭੇਜ ਦਿੰਨੇ ਆ 11 ਕੇਵੀ ਕਰ ਦਿੰਨੇ ਆ ਜੀ ਜਿਵੇਂ ਆਪਾਂ ਠੀਕ ਹੈ ਜੀ ਤੇ ਫਿਰ ਉਸੇ ਤਰ੍ਹਾਂ ਆਪਣੇ ਕੋਲੇ ਟਰਾਂਸਫਾਰਮਰ ਤੇ ਕਹਿੰਦਾ ਕਿੰਨੀ ਆ ਰਹੀ ਹੁੰਦੀ ਆ ਮੀਜ਼ 415 ਆ ਰਹੀ ਹੁੰਦੀ ਆ ਠੀਕ ਹੈ ਜੀ है। है है। है 415 ਤੇ ਆਪਾਂ ਕੀ ਕਰਦੇ ਆ ਜੀ ਆਪਣੇ ট্রান্সਫਾਰਮਰ ਤੇ ਤੁਹਾਨੂੰ ਪਤਾ ਤਿੰਨ ਫੇਸ ਆ ਰਿਹਾ ਆ R Y B ਆ ਰਿਹਾ ਤੇ ਆਪਾਂ ਉਹਨਾਂ ਦੇ ਨਾਲ ਇੱਕ ਨਿਊਟਰਨ ਲੈ ਲੈਂਦੇ ਆ ਨਿਊਟਰਨ ਲੈ ਲੈਂਦੇ ਆ ਆਪਣੇ ਘਰਾਂ ਦੇ ਵਿੱਚ AC ਸਪਲਾਈ ਜਾਂਦੀ ਹੈ ਜੀ ਕਿਹੜੀ ਜਾਂਦੀ ਹੈ ਜੀ 220 ਕਹਿ ਲੋ ਜਾਂਦੀ ਹੈ ਠੀਕ ਹੈ ਜੀ 220 ਕਹਿ ਲੋ ਠੀਕ ਹੈ ਜੀ ਤਾਂ ਫਿਰ ਆਪਣੇ ਕੀ ਹੋ ਜਾਂਦਾ ਵੱਧ ਨੂੰ ਮੀਜ਼ ਘੱਟ ਕਰਕੇ ਆਪਣੇ ਕੋਲੇ ਪੇਸ਼ ਕਰਦਾ ਠੀਕ ਹੈ ਜੀ ਜਿਹੜੀ ਆ ਰਹੀ ਹੈ ਮੀਜ਼ 415 ਆ ਰਹੀ ਹੈ ਤਾਂ ਆਪਣੇ ਘਰਾਂ ਦੇ ਵਿੱਚ ਕਿਹੜ ਫਿਰ ਕਿਹੜੀ ਜਾਣੀ ਹੈ ਜੀ 240 ਹੁਣ ਆਪਾਂ 11 ਕੇਵੀ ਤੋਂ 415 ਕਿਉਂ ਨਹੀਂ ਕੀਤਾ ਕਿਉਂਕਿ ਆਪਣੇ 11 ਕੇਵੀ ਵਾਲੀ ਲਾਈਨ ਆਪਣੇ ਘਰਾਂ ਦੇ ਆਪਣੇ ਪਿੰਡਾਂ ਦੇ ਵਿੱਚ ਨਹੀਂ ਲਾਉਂਦੇ ਉਹ ਕੀ ਲਾਉਣਗੇ ਵੀ ਆਪਣੇ 415 ਕੇਵੀ ਆ ਰਹੀ ਆ 240 ਆਪਾਂ ਨੂੰ ਚਾਹੀਦੀ ਆ ਘਰੇਲੂ ਖਪਤਕਾਰਾਂ ਦੀ ਜਦੋਂ ਗੱਲ ਕਰਦੇ ਆ ਆਪਣੇ ਕਿਹੜੀ ਲਾਈਨ ਦੇ ਵਿੱਚ ਆ ਜਾਂਦਾ 415 ਤੇ 220 ਇਸ ਦਾ ਰਾਈਟ ਆਨਸਰ ਹੋ ਜਾਊਗਾ ਠੀਕ ਹੈ ਜੀ ਹਾਂ ਓਕੇ ਸਭ ਮਿਕਸ ਕੁਆਸਤਨ ਆ ਸਾਰੇ ਮਿਕਸੀ ਚੱਲਣਗੇ ਬਾਈ ਅੱਛਾ ਕੀ ਪ੍ਰਭਾਵ ਹੁੰਦਾ ਹੈ ਜੇਕਰ 100 ਵਜੋ ਚਿੰਨਿਤ ਸਭ ਤੋਂ ਵਧੀਆ ਬਟਨ ਈ ਐਲ ਸੀ ਬੀ ਪੱਕੇ ਤੌਰ ਤੇ ਬੰਦ ਹੋ ਜਾਂਦਾ ਹੈ ਕੀ ਪ੍ਰਭਾਵ ਹੁੰਦਾ ਜੇਕਰ 100 ਵਜੋ ਚਿੰਨਿਤ ਸਭ ਤੋਂ ਵਧੀਆ ਬਟਨ ਈ ਐਲ ਸੀ ਬੀ ਬੰਦ ਹੋ ਜਾਂਦਾ ਹੈ ਕੀ ਹੋਊਗਾ ਜੀ ਰਾਈਟ ਇਹਨਾਂ ਦਾ ਜਦੋਂ ਔਖੇ ਲੱਗਦੇ ਆ ਨਾਲ ਦੀ ਨਾਲ ਭਜਣਾ ਈ ਐਲ ਸੀ ਬੀ ਦਾ ਫੁੱਲ ਫਾਰਮ ਪਤਾ ਕੀ ਆ ਆਰਥ ਲੀਕੇਜਰ ਸਰਕਟ ਬ੍ਰੇਕਰ ਆਰਥ ਹੁਣ ਤੁਸੀਂ ਆ ਕੇ ਬਹਿ ਜੰਨੇ ਹੋ ਬਾਈ ਸਾਡੇ ਵਾਸਤੇ ਵੀ ਕਲਾਸ ਲੱਗ ਜਾਂਦੀ ਹੈ ਮੈਂ ਤਾਂ ਆਪ ਫਿਰ ਕਲਾਸ ਅੱਜ ਤੋਂ ਬਾਅਦ ਬੰਦ ਕਰ ਦੇਣੀ ਆ ਨਾ ਤਾਂ ਅੱਗੇ ਸ਼ੇਅਰ ਦਾ ਕੋਈ ਹੈਗਾ ਤੁਹਾਡਾ ਵੀ ਅਸੀਂ ਸ਼ੇਅਰ ਕਰ ਲਏ ਹਣਾ ਆਪ ਆਪ ਬੈਠੇ ਆਂ ਤੇ ਪੜ੍ਹ ਕੇ ਬਾਗ ਗਏ ਤੁਸੀਂ ਤਾਂ ਇਹੇ ਕੁਛ ਕਰ ਰੱਖਿਆ ਵੀ ਕਲਾਸ ਆਪੇ ਲੈ ਕੇ ਆਈ ਜਾਂਦੇ ਜਦੋਂ ਸ਼ੇਅਰ ਨਹੀਂ ਕਰਨੀ ਫਿਰ ਕਲਾਸ ਲਾਉਣ ਦਾ ਕੀ ਫਾਇਦਾ ਠੀਕ ਹੈ ਜੀ ਓਕੇ ਫਿਰ ਕੀ ਫਾਇਦਾ ਕਲਾਸ ਲਾਉਣ ਦਾ ਜਦੋਂ ਆਪਾਂ ਸ਼ੇਅਰ ਦਾ ਸ਼ੇਅਰ ਵਾਲੀ ਗੱਲ ਤਾਂ ਆਪਾਂ ਕੋਈ ਮੰਨਣੀ ਨਹੀਂ ਹੈਗੀ ਵੀ ਬੈਠੇ ਆਂ ਆਪਾਂ ਤੇ ਇਕੱਲਾ ਪੜ੍ਹ ਕੇ ਬਾਗ ਗਏ ਬਹੁਤ ਆ ਜੀ ਇਹਦੇ ਵਿੱਚ ਮੈਂ ਇਕੱਲੇ ਪੇਪਰ ਨਹੀਂ ਦੇਣਾ ਹੋਰ ਨੇ ਬਹੁਤ ਦੇਣਾ ਕਿਸੇ ਦਾ ਭਲਾ ਹੋ ਜੂਗਾ ਕੀ ਗੱਲ ਸ਼ੇਅਰ ਨਹੀਂ ਕਰ ਸਕਦੇ ਆਪਾਂ ਆਪਣੇ ਕੋਲੇ ਵੈਸੇ ਤਾਂ ਬੜੇ ਗਰੁੱਪ ਪਏ ਨੇ ਉਹਨਾਂ ਦੇ ਵਿੱਚ ਸ਼ੇਅਰ ਕਰਨ ਨੂੰ ਬੱਟ ਜਦੋਂ ਆਪਣੇ ਸ਼ੇਅਰ ਕਰਨ ਦੀ ਗੱਲ ਆ ਜਾਂਦੀ ਆ ਕਰਦਾਂ ਜੀ ਸ਼ੇਅਰ ਜਦੋਂ ਆਪਣੇ ਸ਼ੇਅਰ ਕਰਨ ਦੀ ਗੱਲ ਆ ਜਾਂਦੀ ਆ ਉਦੋਂ ਗਰੁੱਪਾਂ ਦੇ ਵਿੱਚ ਗੱਲ ਆ ਜਾਂਦੀ ਨਹੀਂ ਹੈਗੀ ਜੀ ਵੀ ਬੋਲ ਦਿੰਦੇ ਆ ਤੇ ਚੱਲ ਕੋਈ ਨਹੀਂ ਨੈਕਸਟ ਕਲਾਸ ਚੱਲੀ ਜਾਂਦੀ ਰਹਿੰਦੀ ਆ ਵੈਸੇ ਤਾਂ ਆਪਾਂ ਗੱਲ ਕਰਦੇ ਮੇਰੇ ਕੋਲੇ 50 ਬੰਦਿਆਂ ਦਾ ਗਰੁੱਪ ਪਿਆ ਮੇਰੇ ਕੋਲੇ 40 ਬੰਦਿਆਂ ਦਾ ਗਰੁੱਪ ਪਿਆ ਮੇਰੇ ਕੋਲੇ 20 ਬੰਦਿਆਂ ਦਾ ਗਰੁੱਪ ਪਿਆ ਤੇ ਸ਼ੇਅਰ ਕਰਨ ਵਾਲੀ ਕਿਉਂ ਹੱਥ ਦੁਖਦੇ ਆ ਜੀ ਆਪਣੇ ਮੈਂ ਵੀ ਤਾਂ ਅੱਧਾ ਪੌਣਾ ਘੰਟਾ ਲਾਉਣਾ ਇੱਥੇ ਅਸਤਾ ਫੇਰੀ ਕਲਾਸ ਦੇਈ ਜਾਂਦੇ ਮੈਂ ਤਾਂ ਆਪ ਸਾਰ ਨੂੰ ਜਾ ਕੇ ਕਹਿ ਦਿੰਦਾ ਸਰ ਕੀ ਲੋਡ ਹੈ ਜੀ ਆਪਣਾ ਵਧੀਆ ਚੱਲ ਜਾਈ ਜਾਂਦਾ ਠੀਕ ਹੈ ਜੀ ਬਾਧੂ ਬੱਚੇ ਆਪਣੇ ਬੈਚ ਦੇ ਵਿੱਚ ਆ ਰਹੇ ਆ ਤੇ ਸਾਰੇ ਨੇ ਤਾਂ ਇਹ ਕਹਿੰਦੇ ਜੇ ਆਪਾਂ ਕੁਝ ਸਿਖਾ ਰਹੇ ਆ ਤਾਂ ਬੇਟਾ ਫਰੀ ਦੇ ਵਿੱਚ ਤੁਸੀਂ ਸਿਖਾਓ ਸਾਰੇ ਨੇ ਤਾਂ ਆਪਾਂ ਨੂੰ ਇਹ ਐਨਾ ਛੋਟੇ ਲਈ ਕਰਕੇ ਭੇਜ ਦਿਆ ਸਰ ਵੀ ਹਾਂ ਤੁਸੀਂ ਜਾਓ ਬੇਟਾ ਫਰੀ ਦੇ ਵਿੱਚ ਜੇ ਕੋਈ ਪੜ੍ਹਨਾ ਚਾਹੁੰਦਾ ਕਿਸੇ ਕੋਲੇ ਨਹੀਂ ਹੁੰਦਾ ਹਨਾ ਅਫੋਰਡ ਨਹੀਂ ਕਰ ਸਕਦਾ ਇੰਨੇ ਪੈਸੇ ਉਹ ਘਰੇ ਬੈਠਾ ਆਪਣੇ ਸਟੱਡੀ ਨੂੰ ਜਾਰੀ ਰੱਖ ਸਕੇ ਇਹ ਪਲੇਟਫਾਰਮ ਤਾਂ ਤੁਹਾਨੂੰ ਘਰੇ ਬੈਠਿਆਂ ਨੂੰ ਇੱਕ ਫਰੀ ਦੇ ਵਿੱਚ ਕਲਾਸ ਦੇ ਰਿਹਾ ਤੇ ਆਪਾਂ ਕੀ ਕਰ ਰਹੇ ਆ ਆਪਾਂ ਨੂੰ ਫਰੀ ਦੇ ਵਿੱਚ ਘਰੇ ਬੈਠਿਆਂ ਨੇ ਜੇ ਸ਼ੇਅਰ ਕਰਨਾ ਤਾਂ ਆਪਾਂ ਤੋਂ ਸ਼ੇਅਰ ਵੀ ਨਹੀਂ ਹੋ ਰਿਹਾ ਫੇਰ ਉਹੀ ਗੱਲ ਆ ਜਾਂਦੀ ਹੈ ਨੇ ਆਪਣੀ ਵੀ ਜੇ ਕੋਈ ਕਰਦਾ ਤਾਂ ਕਰ ਲੈਣ ਦੇ ਆਪਾਂ ਨਹੀਂ ਕੁਝ ਕਰਨ ਦੇੋਗੇ ਮੈਂ ਤਾਂ ਤੁਹਾਡੇ ਲਈ ਇੱਥੋਂ ਤੱਕ ਸੋਚਦਾ ਵੀ ਯਾਰ ਕੁਛ ਨਾ ਕੁਛ ਵੱਧ ਤੋਂ ਵੱਧ ਨਵਾਂ ਲਿਆਂਦਾ ਜਾਵੇ ਹਨਾ ਨਵਾਂ ਲਿਆਂਦਾ ਜਾਵੇ ਵੀ ਕੁਛ ਨਾ ਕੁਛ ਤਿਆਰੀ ਹੋ ਜੂਗੀ ਬਟ ਆਪਾਂ ਕੀ ਕਰ ਰਹੇ ਆ ਆਪਾਂ ਕੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਫਿਰ ਮੈਨੂੰ ਤਾਂ ਪਾਉਣਾ ਜਿਹੜਾ ਪਾਉਣਾ ਘੰਟਾ ਮਾਰਦਾ ਮੈਂ ਤਾਂ ਮੱਥਾ ਇਹੀ ਜਾ ਕੇ ਕਿਉਂ ਮੈਂ ਬੈਚ ਵਾਲੇ ਬੱਚਿਆਂ ਤੇ ਮਾਰਾਂ ਇਹੀ ਪਾਉਣਾ ਘੰਟਾ ਮੈਂ ਉਹਨਾਂ ਦੇ ਖਫਤ ਕਰਾਂ ਜਿਹੜੇ ਆ ਕੇ ਆਪਣੇ ਇੱਥੇ ਆ ਕੇ ਪੈਸੇ ਲਾ ਕੇ ਪੜ੍ਹਦੇ ਨੇ ਆਪਣੇ ਕੋਲੇ ਪੈਸੇ ਲਾ ਕੇ ਪੜ੍ਹਦੇ ਆ ਇੱਥੇ ਆਉਂਦੇ ਆ ਕਿਰਾਇਆ ਲਾ ਕੇ ਆਉਂਦੇ ਆ ਮੈਂ ਉਹਨਾਂ ਤੇ ਪਾਉਣਾ ਘੰਟਾ ਲਾਵਾਂ ਸਾਡੇ ਕੋਲੇ ਬਹੁਤ ਬੱਚੇ ਬਹੁਤ ਪੜ੍ਹ ਹੀ ਜਾਂਦੇ ਆ ਜੀ ਸਾਨੂੰ ਪੜ੍ਹਾਉਣ ਨੂੰ ਉੱਥੇ ਹੈਗੇ ਆ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਆ ਕੇ YouTube ਤੇ ਹੀ ਸਾਡਾ ਸਾਰਾ ਕੁਝ ਬਣਨਾ ਹੈ ਵਧੀਆ ਸਾਡਾ ਚੱਲੇ ਜਾਂਦਾ ਬੈਚ ਪੂਰਾ ਵਧੀਆ ਚੱਲੇ ਜਾਂਦਾ ਬੱਚਿਆਂ ਦੀ ਬਹੁਤ ਵਧੀਆ ਤਿਆਰੀ ਹੋ ਰਹੀ ਆ ਮੈਨੂੰ ਪਰ ਸਰ ਨੇ ਇਹ ਕਿਹਾ ਹੋਇਆ ਕਹਿੰਦੇ ਸਰ ਕੁਛ ਨਾ ਕੁਛ ਆਪਣੇ ਕੋਈ ਗੱਲ ਨਹੀਂ ਫਰੀ ਦੇ ਵਿੱਚ ਪੜਾਦੋਂਗੇ ਤਾਂ ਆਪਣਾ ਕੁਛ ਨਹੀਂ ਜਾਂਦਾ ਠੀਕ ਹੈ ਜੀ ਕੱਲੋਂ ਤੋਂ ਬਈ ਆਪਾਂ ਇਹ ਗੱਲ ਪੁਆਇੰਟ ਆਪ ਮੈਂ ਨੋਟ ਕਰਿਆ ਕਰੂੰਗਾ ਵੀ ਸ਼ੈਅ ਹੁੰਦੀ ਆ ਕਲਾਸ ਦਾ ਨਹੀਂ ਤੇ ਉਸ ਤੋਂ ਬਾਅਦ ਮੈਂ ਸਰ ਦੇ ਕੋਲੇ ਇਹੀ ਕਲਾਸ ਲੈ ਕੇ ਜਾਣੀ ਆ ਬੀ ਸਾਰੇ ਉਹੀ ਬੈਠੇ ਪੜ੍ਹ ਰਹੇ ਆ ਕੋਈ ਸ਼ੇਅਰ ਕਰਨ ਦਾ ਕਿ ਨਹੀਂ ਆ ਤਾਂ ਫਿਰ ਆਪਣੇ ਰਹਿਣ ਦਿਓ ਜੀ ਮੈਂ ਇਹੀ ਬਾਕਲਾਸ ਆਪਣੇ ਬੈਚ ਦੇ ਵਿੱਚ ਲੈ ਜਾਂਦਾ ਠੀਕ ਹੈ ਜੀ ਅੱਜ ਦੀ ਕਲਾਸ ਲਾ ਲੂ ਕੱਲ੍ਹ ਵਾਰੇ ਦੇਖਾਂਗੇ ਚਲੋ ਦੱਸੋ ਇਹਨਾਂ ਦੇ ਵਿੱਚੋਂ ਰਾਈਟ ਕਿਹੜਾ ਹੋਊ ਦੱਸੋ ਜੀ ਦੱਸੋ ਕਿਹੜਾ ਰਾਈਟ ਹੋਊ ਇਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਹੋਜੂ ਸੀ ਸਰਕਟ ਸਵਿਚ ਆਫ ਕੰਪਲੀਟਲੀ సర్కట్ స్విచ్ ఆఫ్ కంప్లీట్లీ డిస్క్ట్ హో జుగా అచ్చా ఓవర్ వోల్టేజర్ లే ਵਿੱਚ పికప్ వోల్టేజ్ ਕੀ హై ఓవర్ వోల్టేజర్ లే ਵਿੱਚ పికప్ వోల్టేజ్ ਕੀ హై రిలే ది వార్నింగ్ వోల్టేజ్ ద రిలే ది అడిక్ టెన్ వోల్టేజర్ రేటింగ్ రిలే ది కట్టో కట్ట వోల్టేజ్ ద రిలే షురూ కర్నే ਲਈ కట్టో కట్ట వోల్టేజ్ ద ਕਿਹੜਾ ਹੋਜੂ ਰਾਈਟ ਇਹਨਾਂ ਦੇ ਵਿੱਚੋਂ ਦੱਸੋ 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 ਕਿਹੜਾ ਰਾਈਟ ਹੋਜੂ ਮੈਂ ਤਾਂ ਫਿਰ ਬਾਈ ਟਿੱਕਾਂ ਲਵਾ ਕੇ ਲੰਘ ਜਾ ਕਰਨਾ ਆ ਆ ਗਿਆ ਕਲਾਸ ਲੱਗ ਗਈ ਟੇਕਾ ਬਾਈ ਆ ਸਹੀ ਆ ਫਿਰ ਨਾਲੇ ਤਾਂ ਤੁਸੀਂ ਭਾਲਦੇ ਹੋ ਵੀ ਸਾਰ ਸਾਨੂੰ ਦੱਸ ਕੇ ਸਾਨੂੰ ਐਕਸਪਲੇਨ ਵੀ ਕਰ ਦੋ ਕੁਛ ਆਪਾਂ ਨੂੰ ਤਾਂ ਸਭ ਕੁਝ ਹੋਈ ਜਾਵੇ ਬਟ ਆਪਾਂ ਕਿਸੇ ਲਈ ਕੁਛ ਨਹੀਂ ਕਰਨ ਜੋਗੇ ਹਨਾ ਜੀ ਐਕਸਪਲੇਨ ਫਿਰ ਕਰਨ ਦੀ ਕੀ ਲੋੜ ਆ ਟਿੱਕਾਂ ਕਰਕੇ ਲੰਘ ਜਾ ਕਰਾਂਗੇ ਕਿਉਂਕਿ ਤੁਸੀਂ ਕਿਹੜਾ ਆਪਦੀ ਜ਼ਿੰਮੇਵਾਰੀ ਸਮਝ ਰਹੇ ਹੋ ਨਾਲ ਇਹਨੇ ਕਿਹਾ ਠੀਕ ਹੈ ਜੀ ਤਾਂ ਫਿਰ ਰਾਈਟ ਕਿਹੜਾ ਹੋ ਜੂਗਾ ਇਹਨਾਂ ਦੇ ਵਿੱਚੋਂ ਦੱਸੋ মিনিਮਮ ਵੋਲਟੇਜ ਟੂ ਸਟਾਰਟ ਦਾ ਰਿਲੇਸ ਦਾ ਰਾਈਟ ਆਨਸਰ ਹੋ ਜੂਗਾ ਠੀਕ ਹੈ ਆ ਜੋ ਨੈਕਸਟ ਆਜੋ ਏਸੀ ਐਂਡ ਡੀਸੀ ਸਪਲਾਈ ਵਿੱਚ ਕਿਸ ਕਿਸਮ ਦੀ ਰਿਲੇ ਵਰਤੀ ਜਾਂਦੀ ਹੈ ਏਸੀ ਹੈ ਅਤੇ ਡੀਸੀ ਹੈ ਦੀ ਸਪਲਾਈ ਵਿੱਚ ਕਿਸ ਕਿਸਮ ਦੀ ਰਿਲੇ ਵਰਤੀ ਜਾਂਦੀ ਹੈ ਦੱਸੋ ਜੀ ਸਾਰੇ ਜਾਣੇ ਮੈਨੂੰ ਐਕਸਪਲੇਨ ਕਰਨ ਬਾਰੇ ਉਹੀ ਬੋਲੇ ਜਿਹੜਾ ਸ਼ੇਅਰ ਕਰਦਾ ਬਾਈ ਜਿਹੜੇ ਨੇ ਸ਼ੇਅਰ ਨਹੀਂ ਕਰਨੀ ਨਾ ਉਹ ਐਕਸਪਲੇਨ ਦਾ ਵੀ ਨਾ ਬੋਲਿਓ ਠੀਕ ਐ ਚਲੋ ਦੱਸੋ ਕਿਹੜਾ ਰਾਈਟ ਹੋ ਜੋ ਇਹਨਾਂ ਦੇ ਵਿੱਚੋਂ ਦੱਸੋ ਦਸਤੋ ਰੀਡਰ ਲੇ ਜਾਂ ਆਜੂ ਇੰਪਲਸਰ ਲੇ ਜਾਂ ਥਰਮਲਰ ਲੇ ਜਾਂ ਆਜੂ ਗਾਕ ਕਲੇਪਰ ਟਾਈਪ ਆਰਮਚਰ ਲੇ ਕਿਹੜਾ ਰਾਈਟ ਹੋ ਜੋ ਇਹਨਾਂ ਦੇ ਵਿੱਚੋਂ ਦੱਸੋ 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 ਇੰਪ পালਸਰ ਲੈਸ ਦਾ ਰਾਈਟ ਆਨਸਰ ਹੋ ਜੂਗਾ ਜੀ ਇੰਪ পালਸ ਅਰਲੇ ਅੱਛਾ ਇੱਕ ਸਰਕਟ ਬ੍ਰੇਕਰ ਵਿੱਚ ਕੀ ਨੁਕਸ ਹੈ ਜੇਕਰ ਲੋਡ ਰੁੱਕ ਰੁੱਕ ਕੇ ਟ੍ਰਿਪ ਹੁੰਦਾ ਹੈ ਰੁੱਕ ਰੁੱਕ ਕੇ ਚੱਲਦਾ ਟ੍ਰਿਪ ਹੋ ਜਾਂਦਾ ਆਪਣਾ ਲੋਡ ਤਾਂ ਫਿਰ ਦੱਸੋ ਇੱਕ ਏਅਰ ਸਰਕਟ ਬ੍ਰੇਕਰ ਵਿੱਚ ਕੀ ਨੁਕਸ ਕੀ ਹੈ ਜੇ ਆਪਣਾ ਰੁੱਕ ਰੁੱਕ ਕੇ ਲੋਡ ਟ੍ਰਿਪ ਹੁੰਦਾ ਜੀ ਵਾਰ-ਵਾਰ ਅਰੇ ਲੇ ਦੀ ਗਲਤੀ ਲਈ ਗਲਤ ਸੈਟਿੰਗ ਚਿੱਤੀ ਗਈ ਹੈ ਜਾਂ ਬਹੁਤ ਜ਼ਿਆਦਾ ਗਰਮੀ ਹੋ ਗਈ ਆਪਣੇ ਠੀਕ ਹੈ ਸਰਕਟ ਦੇ ਵਿੱਚ ਜਾਂ ਨਾਕਾਫੀ ਹਵਾ ਦਾ ਦਬਾਅ ਜਾਂ ਆਜੂਗਾ ਲਾਈ ਵੋਲਟੇਜ ਬਹੁਤ ਜ਼ਿਆਦਾ ਹੈ ਵੀ ਜਿਹੜੀ ਆਪਣੇ ਵੋਲਟੇਜ ਅਪਲਾਈ ਕੀਤੀ ਗਈ ਹੈ ਉਹ ਬਹੁਤ ਜ਼ਿਆਦਾ ਤਾਂ ਦੱਸੋ ਇਹਨਾਂ ਦੇ ਵਿੱਚੋਂ ਰਾਈਟ ਕਿਹੜਾ ਹੋਜੂ ਕਿਹੜਾ ਹੋਜੂ ਜੀ ਜਲਦੀ 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 ਸਾਰੇ ਜਣੇ ਦੱਸੋ ਇੱਕ ਇਅਰ ਸਰਕਟ ਵਿੱਚ ਨੁਕਸ ਕੀ ਆ ਜਾਂਦਾ ਬ੍ਰਦਰ ਕੋਈ ਆਪਰ ਲੇ ਲਾਈ ਹੋਈ ਆ ਹਨਾ ਸੈਟਿੰਗ ਕਰਨ ਦੇ ਵਿੱਚ ਇਨਕਰੈਕਟ ਸੈਟਿੰਗ ਵਿੱਚ ਜੇਕਰ ਲੋਡ ਰੁਕ ਰੁਕ ਕੇ ਟ੍ਰਿਪ ਹੁੰਦਾ ਟ੍ਰਿਪ ਹੋਣ ਦਾ ਮੀਨਸ ਪ੍ਰੋਪਰਲੀ ਆਪਣੀ ਸ ਨਹੀਂ ਚੱਲ ਰਿਹਾ ਹਨਾ ਜੀ ਤੇ ਫਿਰ ਉਹਦੇ ਵਿੱਚ ਕੀ ਹੋ ਜੂਏ ਚਲੋ ਪਹਿਲਾ ਸੀ ਏ ਡੀ ਬੀ ਏ ਸੀ ਸਾਰੇ ਜਾਣੇ ਸਾਰੇ ਜਾਣੇ ਸਾਰੇ ਜਾਣੇ ਕੋਈ ਨਹੀਂ ਰਹਿਣਾ ਚਾਹੀਦਾ ਸਾਰੇ ਜਾਣੇ ਆਨਸਰ ਦਿਓ ਜੀ ਕਲੀਅਰ ਆ ਜੀ ਵੌਇਸ ਓਕੇ ਜੀ Eh, sí, eh, sí, eh. हां ਇਹਦੇ ਵਿੱਚ ਕੀ ਹੋ ਜੂਗਾ ਇਨਕਰੈਕਟ ਸੈਟਿੰਗ ਕਰ ਲੈ ਵੀ ਜਿਹੜੀ ਆਪਣੀ ਰਿਲੇ ਵਰਤੀ ਗਈ ਆ ਠੀਕ ਹੈ ਜੀ ਆਪਾਂ ਰਿਲੇ ਜਿਹੜੀ ਲਾਈ ਹੈ ਵਰਤੀ ਗਈ ਆ ਉਸ ਦੀ ਪ੍ਰੋਪਰ ਸੈਟਿੰਗ ਨਹੀਂ ਕੀਤੀ ਗਈ ਉਹ ਸਰਕਟ ਦੇ ਵਿੱਚ ਪ੍ਰੋਪਰਲੀ ਨਹੀਂ ਲੱਗੀ ਹੋਈ ਤਾਂ ਇਹਦੇ ਵਿੱਚ ਕਿਹੜਾ ਆ ਜੂਗਾ ਇਨਕਰੈਕਟ ਸੈਟਿੰਗ ਕਰ ਲੈ ਵੀ ਉਹਦੀ ਸੈਟਿੰਗ ਕਰ ਲੈ ਦੀ ਪੂਰੀ ਤਰ੍ਹਾਂ ਨਹੀਂ ਹੋਈ ਤਾਂ ਕਰਕੇ ਉਹਦੇ ਵਿੱਚ ਇਹੀ ਮੇਨ ਨੁਕਸ ਪਿਆ ਫੇਰ ਹੀ ਆਪਣਾ ਜਿਹੜਾ ਲੋਡ ਹੈ ਉਹ ਰੁੱਕ ਰੁੱਕ ਕੇ ਟ੍ਰਿਪ ਹੋ ਰਿਹਾ ਵਾਰ-ਵਾਰ ਕੱਟ-ਕੱਟ ਕੇ ਚੱਲ ਰਿਹਾ ਜੀ ओके जी ਤਾਂ ਬਿਲਕੁਲ ਰਾਈਟ ਹੈ ਇਨਕੋਰेक्ट ਸੈਟਿੰਗ ਆਫਰ ਲੇਜ਼ ਦਾ ਰਾਈਟ ਆਨਸਰ ਹੋ ਜਾਊਗਾ ਅੱਛਾ ਸਾਈਕਰੋਨਸ ਮੋਟਰ ਸਾਈਕਰੋਨ ਸਪੀਡ ਤੇ ਜਿਹੜੀ ਚੱਲਦੀ ਹੁੰਦੀ ਆ ਮੋਟਰ ਐਨ ਐਸ ਦੀ ਗੱਲ ਕਰਦੇ ਹੁੰਦੇ ਸੀ ਆਪਾਂ ਸਪੀਡ ਦੀ ਅੱਛਾ ਪਾਵਰ ਫੈਕਟਰ ਕਰੈਕਟਰ ਵਜੋਂ ਕਿਵੇਂ ਕੰਮ ਕਰਦਾ ਹੈ ਸਾਈਕਰੋਨਸ ਮੋਟਰ ਪਾਵਰ ਫੈਕਟਰ ਠੀਕ ਹੈ ਜੀ ਕਰੈਕਟਰ ਵਜੋਂ ਕਿਵੇਂ ਕੰਮ ਕਰਦਾ ਹੈ ਜੀ ਲਾਈਨ ਵੋਲਟੇਜ ਨੂੰ ਬਦਲਣਾ ਫੀਲਡ ਵੋਲਟੇਜ ਨੂੰ ਬਦਲਣਾ ਮੋਟਰ ਦੀ ਗਤੀ ਨੂੰ ਬਦਲਣਾ ਜਾਂ ਮੋਟਰ ਦੀ ਗਤੀ ਨੂੰ ਘਟਾ ਰਿਹਾ ਹੈ ਕਿਹੜਾ ਹੋਜੂ ਇਹਨਾਂ ਦੇ ਵਿੱਚੋਂ ਰਾਈਟ ਦੱਸੋ 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 ਕਿਹੜਾ ਹੋਜੂ ਜੀ ਸਾਰੇ ਜਾਣੇ ਕੋਈ ਨਹੀਂ ਰਹਿਣਾ ਚਾਹੀਦਾ ਬਈ ਸਾਈਕਰੋਨ ਸਪੀਡ ਦੀ ਗੱਲ ਕਰਦੇ ਆਂ ਆਪਾਂ ਸਾਈਕਰੋਨ ਦੀ ਪਹਿਲਾਂ ਵੀ ਕਾਫੀ ਵਾਰੀ ਗੱਲ ਕਰ ਆ ਛੱਡਿਆ ਜੀ ਸਾਰੇ ਜਣੇ ਦੱਸੋ ਕਿਹੜਾ ਹੋਜੂ ਜਲਦੀ 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 ਲਾਈਨ ਦੀ ਜਿਹੜੀ ਵੋਲਟੇਜ ਆ ਜਿਹੜੀ ਆ ਰਹੀ ਆ ਵਾਇਰਿੰਗ ਦਾ ਲਾਈਨ ਆਫ ਵੋਲਟੇਜ ਨੂੰ ਬਦਲਣਾ ਠੀਕ ਹੈ ਜੀ ਉਹਦੀ ਵੋਲਟੇਜ ਨੂੰ ਬਦਲਣਾ ਸਾਈਕਰ ਪਾਵਰ ਫੈਕਟਰ ਵਜੋਂ ਕਿਵੇਂ ਕੰਮ ਕਰਦਾ ਜਿਹੜੀ ਆ ਰਹੀ ਆ ਆਪਣੇ ਇਸ ਤੇ ਲਾਈਨ ਆ ਨਾ ਠੀਕ ਹੈ ਜੀ ਵਾਇਰਿੰਗ ਦਾ ਲਾਈਨ ਵੋਲਟੇਜ ਨੂੰ ਬਦਲਣਾ ਰਾਈਟ ਆਨਸਰ ਹੋਜੂਗਾ ਜੀ ਸਾਈਕਰੋਨਸ ਮੋਟਰਾਂ ਬਾਰੇ ਪੜਿਆ ਹੋਇਆ ਜਿਨ੍ਹਾਂ ਨੇ ਕੋਰਸ ਲੈਤਾ ਜਰੂਰ ਭਾਈ ਉਹਨਾਂ ਨੂੰ ਪਤਾ ਹੋਊ ਏਸੀ ਜਨਰੇਟਰ ਜਿਹੜਾ ਅਲਟਰਨੇਟਿੰਗ ਕਰੰਟ ਤੇ ਆ ਹਨਾ ਏਸੀ ਦੀ ਗੱਲ ਕਰ ਰਹੇ ਆ ਡੀਸੀ ਦੀ ਨਹੀਂ ਏਸੀ ਜਨਰੇਟਰ ਵਿੱਚ ਡੈਂਪਰ ਵਾਈਂਡਿੰਗ ਦੀ ਵਰਤੋਂ ਕਰਨ ਦਾ ਮਕਸਦ ਕੀ ਹੈ ਜੀ ਆਪਾਂ ਨੂੰ ਕੀ ਮਕਸਦ ਹੋ ਸਕਦਾ ਦੱਸੋ ਜੀ ਦੱਸੋ ਏਸੀ ਜਨਰੇਟਰ ਵਿੱਚ ਕੀ ਮਕਸਦ ਹੈ ਜੀ ਸਾਰੇ ਜਾਣੇ ਭਾਈ ਸਾਰੇ ਜਾਣੇ ਕੋਈ ਨਹੀਂ ਰੁਕਣਾ ਚਾਹੀਦਾ ਜੀ ਇਹਦੇ ਸ਼ੇਖਰ ਦੇ ਪ੍ਰਭਾਵ ਨੂੰ ਕਹਿੰਦਾ ਜੀ ਸੀ ਬੀ ਸੀ ਬੀ ਮਿਲਮਾ ਚੱਲੀ ਜਾਂਦਾ ਜੀ ਸਹੀ ਐ ਸਰ ਹਾਂ ਬਿਲਕੁਲ ਸਹੀ ਐ ਲਾਭ ਹੀਰਾ ਉਸਤਾਦ ਓਕੇ ਜੀ ਲਾਭ ਹੀਰਾ ਉਸਤਾਦ ਕਿਹੜਾ ਰਾਈਟ ਹੋ ਜੂ ਇਹਨਾਂ ਦੇ ਵਿੱਚੋਂ ਸੀ ਦੇ ਵਿੱਚੋਂ ਕਹਿੰਦਾ ਜੀ ਬੀ ਰਾਈਟ ਕਰ ਦੋ ਮੈਨੂੰ ਲੱਗਦਾ ਪ੍ਰੀਵੈਂਟਸ ਆਫ ਹੰਟਿੰਗ ਇਫੈਕਟ ਰਾਈਟ ਹੋ ਜੂ ਇਹਦਾ ਪ੍ਰੀਵੈਂਟਿੰਗ ਦਾ ਹੰਟਿੰਗ ਇਜ਼ ਦਾ ਰਾਈਟ ਆਨਸਰ ਹੋ ਜਾਊਗਾ ਬਿਲਕੁਲ ਰਾਈਟ ਆ ਕਿਹੜਾ ਕਰਦਗੇ ਜੀ ਹੰਟਿੰਗ ਦੋਸ਼ ਨੂੰ ਖਤਮ ਕਰਨਾ ਮੋਟਰ ਨੂੰ ਬਈ ਇਹਦਾ ਕੀ ਆ ਜਾਂਦਾ ਹੁੰਦਾ ਹੰਟਿੰਗ ਦੋਸ਼ ਨੂੰ ਖਤਮ ਕਰਨਾ ਤੇ ਮੋਟਰ ਨੂੰ ਕਹਿੰਦਾ ਸੈਲਫਸਟ ਕਹਿੰਦਾ ਜੀ ਕਰ ਦੋ ਰਾਈਟ ਕਿਹੜਾ ਹੋ ਜਾਊਗਾ ਡੀ ਰਾਈਟ ਹੋ ਜਾਊਗਾ ਬਈ ਬੀ ਨਹੀਂ ਰਾਈਟ ਹੁੰਦਾ ਠੀਕ ਹੈ ਜੀ ਡੀ ਰਾਈਟ ਹੋਊਗਾ ਅਚਾ ਜਨਰੇਟਰ ਅਚਾ ਨਹੀਂ ਅਲਟਰਨੇਟਰ ਨੂੰ ਕਿਵੇਂ ਦਰਜਾ ਦਿੱਤਾ ਜਾਂਦਾ ਹੈ ਕਿਹੜਾ ਦਰਜਾ ਦੇਵਾਂਗੇ ਇਹਨਾਂ ਦੇ ਵਿੱਚੋਂ ਕੇਵੀਏ ਕੇਡਬਲਯੂ ਐਮਡਬਲਯੂ ਜਾਂ ਕੇਵੀ ਦਾ ਦਰਜਾ ਦੇਵਾਂਗੇ ਕਿਹੜਾ ਦਰਜਾ ਦਿੱਤਾ ਜਾਂਦਾ ਜੀ ਇਹਦੇ ਵਿੱਚ ਅਲਟਰਨੇਟਰ ਨੂੰ ਦੱਸੋ ਜੀ ਕਿਹੜਾ ਰਾਈਟ ਹੋ ਜੋ ਅਲਟਰਨੇਟਰ ਨੂੰ ਆਪਾਂ ਇਹਨਾਂ ਦੇ ਵਿੱਚੋਂ ਕਿਹੜਾ ਦਰਜਾ ਦੇਵਾਂਗੇ ਦਸੋ 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 اے اے ਕਹਿੰਦਾ ਕੇਵੀਏ ਆਪਣੇ ਜੇ ਅਲਟਰਨੇਟ ਟਰੈਸ ਦੇ ਵਿੱਚ ਆਉਂਦਾ ਟਰਾਂਸਫਾਰਮਰ ਵੀ ਇਸ ਦੇ ਦੇ ਵਿੱਚ ਆ ਜਾਂਦਾ ਕੇਵੀਏ ਦੇ ਵਿੱਚ ਆ ਜਾਂਦਾ ਹੁੰਦਾ ਜੀ ਹਾਂ ਬਿਲਕੁਲ ਰਾਈਟ ਕਹਿੰਦਾ ਏ ਦੇ ਵਿੱਚ ਆ ਜਾਂਦਾ ਬਿਲਕੁਲ ਰਾਈਟ ਹੈ ਜੀ ਕਿਹੜਾ ਹੋ ਜੂਗਾ ਕਿਲੋਵੋਲਟ ਅੰਪੀਅਰ ਇਸ ਦਾ ਰਾਈਟ ਆਨਸਰ ਹੋ ਜੂਗਾ ਕਿਹੜਾ ਆ ਜੂਗਾ ਕਿਲੋਵੋਟ ਅੰਪੀਅਰ ਇਸ ਦਾ ਰਾਈਟ ਆਨਸਰ ਬਿਲਕੁਲ ਸਹੀ ਹੈ ਜੀ অপਸ਼ਨ ਏ ਅੱਛਾ ਜੀ ਕਰੇ ਲੂ ਪਾਣੀ ਦੇ ਪੰਪਾਂ ਲਈ ਅੱਛਾ ਕਿਹੜੀ ਮੋਟਰ ਨੂੰ ਤਰਜੀਹ ਦਿੱਤੀ ਜਾਂਦੀ ਹੈ ਜੀ ਆਪਣੇ ਜਿਹੜੀਆਂ ਘਰਾਂ ਦੇ ਵਿੱਚ ਭਾਈ ਮੋਟਰਾਂ ਲੱਗੀਆਂ ਹੁੰਦੀਆਂ ਜਿੰਨਾਂ ਨਾਲ ਆਪਾਂ ਪਾਣੀ ਖਿੱਚਦੇ ਆ ਵਾਟਰ ਵਕਸੋ वगैरह ਤੋਂ ਆਉਂਦਾ ਪਾਣੀ ਹਨਾ ਖਿੱਚਦੇ ਆ ਤਾਂ ਫਿਰ ਉਹਨਾਂ ਤੇ ਆਪਾਂ ਕਿਹੜੇ ਮੋਟਰ ਨੂੰ ਤਰਜੀਹ ਦੇਵਾਂਗੇ ਯੂਨੀਵਰਸਲ ਮੋਟਰ ਨੂੰ ਰਿਪਲਸਲ ਮੋਟਰ ਨੂੰ ਜਾਂ ਰੰਗਤ ਖੰਬੇ ਮੋਟਰ ਮੀਨ ਸ਼ੈਡੇਡ ਪੋਲ ਮੀਟਰ ਠੀਕ ਹੈ ਜੀ ਜਾਂ ਕੈਪੈਸਿਟਰ ਸਟਾਰਟ ਮੋਟਰ ਨੂੰ ਤਰਜੀਹ ਦੇਵਾਂਗੇ ਦੱਸੋ 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 ਕਿਹੜਾ ਹੋਜੋ ਇਹਨਾਂ ਦੇ ਵਿੱਚੋਂ ਰਾਈਟ

ਇਹਨਾਂ ਦੇ ਵਿੱਚੋਂ ਆਪਣੇ ਰਾਈਟ ਹੋ ਜੂ ਕਿਹੜਾ ਰਾਈਟ ਹੋ ਜੂ ਬ੍ਰਦਰ ਕਪੈਸਿਟਰ ਸਟਾਰਟ ਜਦੋਂ ਆਪਣੇ ਤੁਸੀਂ ਦੇਖਿਆ ਹੋਊਗਾ ਆਪਣੇ ਜਿਹੜੀਆਂ ਇਹ ਮੋਟਰਾਂ ਹੁੰਦੀਆਂ ਬਾਈ ਇਹਨਾਂ ਤੇ ਕੀ ਲੱਗਿਆ ਹੋਇਆ ਕਪੈਸਿਟਰ ਲੱਗਿਆ ਹੁੰਦਾ ਕਪੈਸਿਟਰ ਨਾਲ ਸਟਾਰਟ ਹੋਣ ਵਾਲੀ ਮੋਟਰ ਹੈ ਠੀਕ ਹੈ ਜੀ ਕਪੈਸਿਟਰ ਲੱਗਿਆ ਹੁੰਦਾ ਮੀਨਸ ਉਹਨੂੰ ਚੱਲਣ ਦੇ ਵਿੱਚ ਨਾ ਹੈਲਪ ਕਰਦਾ ਆਪਣੀ ਜਦੋਂ ਕਿਸੇ ਮੋਟਰ ਨੇ ਚੱਲਣਾ ਹੁੰਦਾ ਨਾ ਸਟਾਰਟਿੰਗ ਦੇ ਵਿੱਚ ਕੀ ਲੈਂਦੀ ਆ ਬਾਈ ਉਹ ਆਪਣੀ ਰੇਟਡ ਵੋਲਟੇਜ ਤੋਂ ਨਾ ਜ਼ਿਆਦਾ ਕਰੰਟ ਲੈਂਦੀ ਆ ਠੀਕ ਹੈ ਜਿਹੜੀ ਵੀ ਆਪਣੀ ਮੋਟਰ ਤਿਆਰ ਕੀਤੀ ਜਾਂਦੀ ਹੈ ਜੰਨਾ ਰੇਟ ਉਹ ਸਟਾਰਟਿੰਗ ਦੇ ਵਿੱਚ ਜਦੋਂ ਉਹਨੇ ਸਟਾਰਟ ਹੋ ਤਾਂ ਉਹਨਾਂ ਨੂੰ ਜਾਦੇ ਵੋਲਟੇਜ ਦੀ ਅਪਲਾਈ ਅਪਲਾਈ ਕਰਨੀ ਪੈਂਦੀ ਆ ਤਾਂ ਇਹ ਤੇ ਕੀ ਆ ਜਾਊਗਾ ਕਪੈਸਿਟਰ ਸਟਾਰਟ ਮੋਟਰ ਮੀਨ ਇਜ਼ ਸੈੱਲ ਲਾਉਣਾ ਪੈਂਦਾ ਜੀ ਆਪਾਂ ਨੂੰ ਸਿੱਧੀ ਜੀ ਗੱਲ ਕਰੀਏ ਤਾਂ ਠੀਕ ਆ ਜੀ ਯੂਨੀਵਰਸਲ ਮੋਟਰ ਬਾਈ ਇਹਨਾਂ ਦੇ ਕੀ ਆ ਜਾਂਦਾ ਹੁੰਦਾ ਇਹਨਾਂ ਦਾ ਟਾਰਕ ਸਟਾਰਟਿੰਗ ਟਾਰਕ ਬਹੁਤ ਹਾਈ ਹੁੰਦਾ ਇਹ ਉਹਨਾਂ ਜਾਦੇ ਫਿਰ ਕਰੰਟ ਲੈਣੀਆਂ ਸਟਾਰਟਿੰਗ ਦੇ ਵਿੱਚ ਚੱਲਣ ਵਾਰੀ ਠੀਕ ਆ ਘਰੇਲੂ ਪਾਣੀ ਵਾਲਾ ਆਪਾਂ ਪੜ ਲਿਆ ਸਪਲਿਟ ਫੇਜ਼ ਮੋਟਰ ਦੇ ਕੰਮ ਕਰਨ ਦੇ ਸਿਧਾਂਤ ਕੀ ਹਨ ਇੱਕ ਸਪਲਿਟ ਫੇਜ਼ ਆ ਆਪਣੇ ਕੋਲੇ ਮੋਟਰਾਂ ਉਹਦਾ ਕੰਮ ਕਰਨ ਦਾ ਸਿਧਾਂਤ ਕੀ ਹੋ ਜੂਗਾ ਜੀ ਲੈਂਜ਼ ਦਾ ਕਾਨੂੰਨ ਆਜੂਗਾ ਜ਼ੋਲ ਦਾ ਕਾਨੂੰਨ ਆਜੂ ਫੈਰਾਡੇ ਇਲੈਕਟ੍ਰੋਲਾਈਟਸ ਦੇ ਨਿਯਮ ਆ ਜਾਣਗੇ ਜਾਂ ਫਿਰ ਮੈਗਨੈਟਿਕ ਇੰਡਕਸ਼ਨ ਫੈਰਾਡੇ ਕਿਹੜਾ ਆਜੂ ਇਹਨਾਂ ਦੇ ਵਿੱਚੋਂ ਹਾਂਜੀ ਹਾਂਜੀ ਦੱਸੋ 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 ਕਿਹੜਾ ਆਜੂਗਾ ਲੈਂਜ਼ ਬਾਰੇ ਪੜਿਆ ਹੋਊਗਾ ਕਿਸੇ ਨੇ ਓਕੇ ਜੀ ਓਕੇ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਆਪਣੇ ਚੱਲੇ ਜਾਂਦਾ ਜੀ ਚੱਲੇ ਜਾਂਦਾ ਚੱਲੇ ਜਾਂਦਾ हां ਇਹਨਾਂ ਦੇ ਵਿੱਚੋਂ ਬ੍ਰਦਰ ਕਿਹੜਾ ਆਜੂਗਾ ਲੈਂਜ਼ ਆਫ ਲੈਂਜ ਦਾ ਕਾਨੂੰਨ ਆ ਜਾਂਦਾ ਹੁੰਦਾ ਠੀਕ ਹੈ ਜੀ ਉਹ ਕਿਹੜੇ ਦੀ ਗੱਲ ਕਰਦਾ ਸੀ ਬ੍ਰਦਰ ਕੋਇਲ ਦੀ ਗੱਲ ਕਰਦਾ ਹੁੰਦਾ ਸੀ ਆਪਣੇ ਕੋਲੇ ਐਨ ਐਸ ਹੁੰਦੇ ਸੀ ਐਨ ਐਸ ਹੁੰਦੇ ਸੀ ਹਨ ਆਪਣੇ ਕੋਲੇ ਚੁੰਬਕ ਉਹ ਆਪਾਂ ਹੁਣ ਜਦੋਂ ਕਿਸੇ ਕੋਇਲ ਦੇ ਵਿੱਚ ਦੀ ਆਪਾਂ ਹੁਣ ਉਹਨੂੰ ਨੇੜੇ ਲੈ ਕੇ ਜਾਂਦੇ ਹੁੰਦੇ ਸੀ ਤਾਂ ਇਹਦੇ ਵਿੱਚੋਂ ਜਿਹੜੀਆਂ ਨਿਕਲਵਾਰੀਆਂ ਤਰੰਗਾਂ ਹੁੰਦੀਆਂ ਸੀ ਨਾ ਆਪਣੇ ਜਿਵੇਂ ਅੱਗੇ ਇਹਦੇ ਵਿੱਚੋਂ ਚੱਲਣੀਆਂ ਤਾਂ ਕੀ ਹੋ ਜਾਂਦਾ ਹੁੰਦਾ ਸੀਗਾ ਉਵੇਂ ਆਪਣੀ ਕੋਇਲ ਦੇ ਵਿੱਚ ਐਕਸਾਈਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਸੀ ਠੀਕ ਹੈ ਜੀ ਜਿਵੇਂ ਜਿਵੇਂ ਹੁਣ ਆਪਣੇ ਆ ਕੋਈ ਕੋਇਲ ਇਹਨਾਂ ਦੇ ਵਿੱਚੋਂ ਐਨ ਐਸ ਦੇ ਵਿੱਚੋਂ ਕਲੂਜ਼ ਲੂਪ ਹੈ ਜਿਵੇਂ ਹੁਣ ਇਹ ਅੱਗੇ ਚਾਈ ਜਾਣੀਆਂ ਉਹ ਮੈਂ ਆਪਣੇ ਇਹਦੇ ਵਿੱਚ ਆਕਸੀਡੇਸ਼ਨ ਵਧਣੀ ਸ਼ੁਰੂ ਹੋ ਜੂਗੀ ਵੀ ਜਦੋਂ ਆਪਣੇ ਇਹਦੇ ਕੋਈ ਕੋਲੇ ਜਾਂਦੀਆਂ ਨਾ ਕੋਇਲ ਦੇ ਠੀਕ ਹੈ ਜੀ ਆਪਣੀ ਚੁੰਬਕ ਤਾਂ ਉਹਦੇ ਵਿੱਚ ਕੁਛ ਨਾ ਕੁਛ ਪਤਾ ਲੱਗਣਾ ਸਟਾਰਟ ਹੋ ਜਾਂਦਾ ਵੀ ਮੇਰੇ ਵਿੱਚ ਕੋਈ એનર્ਜੀ ਆਉਣੀ ਸਟਾਰਟ ਹੋ ਗਈ ਠੀਕ ਆ ਤਾਂ ਰਾਈਟ ਆਨਸਰ ਕਿਹੜਾ ਹੋ ਜੂਗਾ ਲੈਂਜ਼ ਆਫ ਲਾ ਅੱਛਾ ਤਾਂ ਦੱਸੋ ਇਹਨਾਂ ਦੇ ਵਿੱਚੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਸਰਕਟਾਂ ਵਿੱਚੋਂ ਮਾਈਕ੍ਰੋਫੋਨ ਲਈ ਵਰਤੇ ਜਾਂਦੇ ਆ ਇਹਨਾਂ ਦੇ ਵਿੱਚ ਤੁਸੀਂ ਕੀ ਦੱਸਣਾ ਜੀ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਸਰਕਟਾਂ ਵਿੱਚ ਮਾਈਕ੍ਰੋਫੋਨ ਆਮ ਲਈ ਵਰਤੇ ਜਾਂਦੇ ਹਨ ਚਿੰਨ ਪਛਾਣੋ ਇਹਨਾਂ ਦੇ ਵਿੱਚੋਂ ਤੁਸੀਂ ਮਾਈਕ੍ਰੋਫੋਨ ਦਾ ਆਪਣੇ ਚਿੰਨ ਪਛਾਣਨਾ ਵੀ ਕਿਹੜਾ ਲੱਗਦਾ ਤੁਹਾਨੂੰ ਦੱਸੋ 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 ਕਿਹੜਾ ਹੋਜੂ ਕਿਹੜਾ ਰਾਈਟ ਹੋਜੂ ਜੇ ਇਹਨਾਂ ਦੇ ਵਿੱਚੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਸਰਕਟਾਂ ਵਿੱਚ ਮਾਈਕ੍ਰੋਫੋਨ ਲਈ ਵਰਤੇ ਗਏ ਚਿੰਨ ਪਛਾਣੋ ਕਿਹੜਾ ਹੋ ਜੂਗਾ ਜੀ ਬੀ ਬੀ ਏ ਏ ਬੀ ਚੈਨਲ ਦਿਖ ਰਹਾ ਆ ਬਿਲਕੁਲ ਕਲੀਅਰ ਦਿਸੀ ਜਾਂਦਾ ਜੀ ਇਹ ਹੋ ਜੂਗਾ ਜੀ ਕਹਿੰਦੇ ਆ ਪੰਡ ਸਿੰਘ ਆ ਬ੍ਰਦਰ ਆਪਣੇ ਜਿਹੜੀਆਂ ਪੋਸਟਾਂ ਨੇ ਨਾ ਦੇਖੋ ਇਲੈਕਸ਼ਨ ਕੋਰਟ ਤੱਕ ਤਾਂ ਨਹੀਂ ਆਉਣੀਆਂ ਹੁਣ ਇਲੈਕਸ਼ਨ ਕੋਰਟ ਲੱਗਿਆ ਪਿਆ ਹਜੇ ਨਹੀਂ ਆਉਣੀਆਂ ਨਾਲੇ ਆਪਣਾ ਇਹ ਐਗਜ਼ਾਮ ਹੋਣਾ ਠੀਕ ਹੈ ਜੀ ਇਲੈਕਸ਼ਨ ਤੋਂ ਬਾਅਦ ਆਪਣੀਆਂ ਪੋਸਟਾਂ ਜ਼ਰੂਰ ਆਉਣੀਆਂ ਬਾਈ ਇਲੈਕਸ਼ਨ ਤੋਂ ਬਾਅਦ ਆਉਣੀਆਂ ਠੀਕ ਹੈ ਜੀ ਜਲਦੀ ਆ ਜਾਣੀਆਂ ਬੜਾ ਗੈਪ ਨਹੀਂ ਪੈਂਦਾ ਠੀਕ ਹੈ ਜੀ ਨਹੀਂ ਆਪਾਂ 25 ਨਹੀਂ ਕਹਿ ਸਕਦੇ ਬਈ ਆਪਣਾ 24 ਦੇ ਵਿੱਚ ਇਹ ਐਗਜ਼ਾਮ ਹੋ ਜਾਣਾ ਬਹੁਤ ਜਲਦੀ ਪੋਸਟਾਂ ਆ ਜਾਣੀਆਂ ਇਹ ਠੀਕ ਹੈ ਤਾਂ ਰਾਈਟ ਕਿਹੜਾ ਹੋ ਜੂਗਾ ਬੀ ਹੋ ਜੂਗਾ ਇਸ ਦਾ ਰਾਈਟ ਆਨਸਰ ਦਿਖ ਰਿਹਾ ਬਈ ਕੁਸ਼ਨ ਆ ਇਹ ਇਸ ਤਰ੍ਹਾਂ ਦੇ ਚਿੰਨ ਆ ਜਾਂਦੇ ਹੁੰਦੇ ਆ ਜਿਨ੍ਹਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਜ਼ਿਆਦਾਤਰ ਇਹ ਕਿਹੜੇ ਦੇ ਵਿੱਚ ਆ ਜਾਂਦੇ ਹੁੰਦੇ ਆ ਜਿਨ੍ਹਾਂ ਨੇ ਏਲਮ ਦਾ ਪੇਪਰ ਨਹੀਂ ਦੇਣਾ ਹੁੰਦਾ ਜਾਂ ਜਿਨ੍ਹਾਂ ਨੇ ਪ੍ਰੈਂਸ ਦੀ ਤਿਆਰੀ ਕਰਨੀ ਹੁੰਦੀ ਆ ਉਹਨਾਂ ਦੇ ਵਿੱਚ ਇਹ ਚਿੰਨ ਜ਼ਿਆਦਾਤਰ ਆ ਜਾਂਦੇ ਹੁੰਦੇ ਆ ਉਹਨਾਂ ਨੂੰ ਠੀਕ ਹੈ ਤੇ ਜਿੰਨਾ ਬਾਰੇ ਪੁੱਛ ਰਿਹਾ ਹੁੰਦਾ ਵੀ ਇਹ ਚਿੰਨ ਆਪਾਂ ਨੂੰ ਦਰਸਾ ਕੀ ਰਿਹਾਗਾ अच्छा चालू मोटर ਕਰਨ ਲਈ ਬੰਦ ਕਰਨ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਕਿਉਂ ਮੋਟਰ ਆਪਾਂ ਨਾਲੇ ਤਾਂ ਸਟਾਰਟ ਕਰਨੀ ਆ ਤੇ ਨਾਲੇ ਬੰਦ ਕਰਨੀ ਆ ਠੀਕ ਹੈ ਜੀ ਸਟਾਰਟ ਕਰਨੀ ਆ ਤੇ ਨਾਲੇ ਸਿੰਪਲ ਜੀ ਗੱਲ ਆ ਵੀ ਆਪਾਂ ਮੋਟਰ ਨੂੰ ਬੰਦ ਕਰਨਾ ਹੈ ਬੰਦ ਕਰਨਾ ਤੇ ਉਹਦਾ ਲਈ ਫਿਰ ਕਿਹੜਾ ਯੰਤਰ ਵਰਤਿਆ ਜਾਂਦਾ ਸਲਿਪ ਰਿੰਗ ਵਰਤਿਆ ਜਾਂਦਾ ਰੋਟਰ ਸਟੇਟਰ ਜਾਂ ਸਟਾਰਟ ਕਿਹੜਾ ਵਰਤਿਆ ਜਾਂਦਾ ਜੀ ਇਹਨਾਂ ਦੇ ਵਿੱਚੋਂ ਸਰ ਅੱਜ 11 ਵਜੇ ਕਲਾਸ ਨਹੀਂ ਲੱਗੀ ਰਕੇਸ਼ ਕੁਮਾਰ 11 ਵਜੇ ਬ੍ਰਦਰ YouTube ਤੇ ਜਿਹੜੇ ਉਹ ਪਤਾ ਕੀ ਸੀਗਾ ਉਹ ਜਦੋਂ ਬੈਚ ਸਟਾਰਟ ਹੋਇਆ ਵੈਸੇ ਸਰ ਨਾਲ ਗੱਲ ਹੋਈ ਮੈਂ ਕਿਹਾ ਸਰ ਚਲੋ ਲੈ ਆਉਣੇ ਜੀ ਕੁਸ਼ਨਨ ਕਹਿੰਦੇ ਲੈ ਆਓ ਜਿਹੜੇ ਉਹ 11 ਵਜੇ ਵਾਲੀ ਕਲਾਸ ਸੀ ਨਾ ਉਹ ਬ੍ਰਦਰ 7:21 ਹੋ ਕਰਤਾ ਠੀਕ ਆ ਪਹਿਲਾਂ ਦੋ ਕਲਾਸਾਂ ਹੁੰਦੀਆਂ ਸੀ YouTube ਤੇ ਤੇ ਹੁਣ ਆਪਣੀ ਇਹ ਕਲਾਸ ਚੱਲਦੀ ਹੈ ਠੀਕ ਹੈ ਜੇ ਤੁਸੀਂ ਸਾਥ ਦਿੱਤਾ ਠੀਕ ਹੈ ਤੇ ਨਹੀਂ ਫਿਰ ਇਹਦੇ ਬਾਰੇ ਵੀ ਆਪਾਂ ਸੋਚ ਲਾਂਗੇ ਕਿਹੜੀ ਹੋ ਜੂਗੀ ਸਟਾਰਟਰ ਕਹਿੰਦਾ ਜੀ ਸਟਾਰਟਰ 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 ओके 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 राइट ਬਿਲਕੁਲ ਕਿਹੜਾ ਹੋ ਜਾਊਗਾ ਸਟਾਰਟਰ ਇਸ ਦਾ ਰਾਈਟ ਆਨਸਰ ਹੋ ਜਾਊਗਾ ਜੀ ਸਟਾਰਟਰ ਤੇ ਸਟੇਟਰ ਠੀਕ ਹੈ ਥੋੜਾ ਫਰਕ ਰੱਖਿਓ ਬਈ ਇਸ ਦੇ ਵਿੱਚ ਸਮਝਿਓ ਠੀਕ ਹੈ ਤਾਂ ਦੱਸੋ ਕਿਹੜਾ ਹਿੱਸਾ ਆਟੋਮੈਟਿਕ ਆਰਨ ਵਿੱਚ ਗਰਮੀ ਨੂੰ ਨਿਯੰਤਰਣ ਕਰਦਾ ਹੈ ਕਿਹੜਾ ਹਿੱਸਾ ਬਈ ਆਟੋਮੈਟਿਕ ਆਰਨ ਵਿੱਚ ਗਰਮੀ ਨੂੰ ਨਿਯੰਤਰਣ ਕਰਦਾ ਹੈ ਕਿਹੜਾ ਹਿੱਸਾ ਕਰਦਾ ਜੀ ਵਾਸ ਨਹੀਂ ਦੇਖੀ ਜਾਣਿਆ ਬ੍ਰਦਰ ਜ਼ਰੂਰ ਦੇਖੀ ਜਾਣਿਆ ਠੀਕ ਆ ਚਲ ਦੱਸੋ ਇਹਨਾਂ ਦੇ ਵਿੱਚੋਂ ਪਹਿਲਾ ਰਾਈਟ ਆਨਸਰ ਦੱਸੋ ਤੁਹਾਡੀ ਸਕਰੀਨ ਤੇ ਆ ਕਿਹੜਾ ਰਾਈਟ ਹੋ ਜੋ ਇਹਨਾਂ ਦੇ ਵਿੱਚੋਂ ਸੀ ਤਰਮੋਸਟੈਟ ਸਵਿਚ ਇਸ ਦਾ ਰਾਈਟ ਆਨਸਰ ਹੋ ਜੂਗਾ ਭਾਈ ਅੱਛਾ ਜੀ ਹੁਣ ਇਹਦਾ ਦੱਸੋ ਗੇਟ ਦਾ ਨਾਮ ਕੀ ਹੈ ਆ ਜਿਹੜਾ ਗੇਟ ਲੱਗਿਆ ਹੋਇਆ ਤੁਹਾਡੇ ਸਾਹਮਣੇ ਇਹ ਕਿਹੜਾ ਨੋਟ ਗੇਟ ਹੈ ਜਾਂ ਐਕਸ ਨੋਰ ਗੇਟ ਹੈ ਜਾਂ ਐਂਡ ਗੇਟ ਹੈ ਜਾਂ ਆਰ ਗੇਟ ਹੈ ਕਿਹੜਾ ਗੇਟ ਹੈ ਜੀ ਇਹ ਦੱਸੋ ਸਾਰੇ ਜਣੇ ਦੱਸੋ ਜੀ ਜਿੰਨਾਂ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਹੜਾ ਗੇਟ ਆ ਜੀ ਇਹ ਸੀ 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 ਕਹਿੰਦੇ ਕਿਹੜਾ ਹੋਜੋ ਦੱਸੋ 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 ਸੀ ਐਂਡ ਗੇਟ ਆ ਜੀ ਕਹਿੰਦੇ ਸੀ ਰਾਈਟ ਕਰ ਦੋ ਸੀ ਰਾਈਟ ਕਰ ਦੋ ਲਬਰੀਤ ਸੁਧੀਰ ਹਰਮਿੰਨ ਸੱਜਣ ਸੱਜਣਾ ਲਾਭ ਹੀਰਾ ਉਸਤਾਦ ਬਲਜੀਤ ਮਹਿਰਾ ਹਰਮਨਕੇਸ਼ ਸੁਦੀਰ ਸੰਜੇ ਓਕੇ ਕਹਿੰਦੇ ਜੀ ਸੀ ਰਾਈਡ ਕਰ ਦੋ ਹਾਂ ਬਿਲਕੁਲ ਕਿਹੜਾ 게ਟ ਆ ਇਹ ਐਂਡ 게ਟ ਹੁੰਦਾ ਠੀਕ ਹੈ ਜੀ ਤੇ ਜਦੋਂ ਆਪਾਂ ਗੱਲ ਕਰ ਲੈਨੇ ਆ ਦੂਸਰੇ ਦੀ ਔਰ 게ਟ ਦੀ ਆ ਜਾਂਦਾ ਉਹ ਕਿਹੜਾ ਆ ਜਾਂਦਾ ਹੁੰਦਾ ਇਸ ਤਰ੍ਹਾਂ ਦਾ ਬਣਿਆ ਹੋਇਆ ਹੁੰਦਾ ਠੀਕ ਹੈ ਜੀ ਉਹਨੂੰ ਕੀ ਕਹਿ ਦਿੰਦੇ ਹੁੰਦੇ ਆ ਔਰ 게ਟ ਕਹਿ ਦਿੰਦੇ ਹੁੰਦੇ ਆ ਤੇ ਆਪਣੇ ਫੇਰ ਚਲੋ ਇਹਦਾ ਕਿਹੜਾ ਹੋ ਗਿਆ ਐਂਡ 게ਟ ਇਸ ਦਾ ਰਾਈਟ ਆਨਸਰ ਆ ਕਹਿੰਦਾ ਫੇਰ ਆ ਆਪਾਂ ਨੂੰ ਕੀ ਪੁੱਛ ਰਿਹਾ ਜੀ ਵਿਦ ਜੁੜੇ ਇੱਕ ਟ੍ਰਾਂਜਿਸਟਰ ਵਿੱਚ ਵੋਲਟੇਜ ਲਾ ਬਵਸਤਾ ਸਭ ਤੋਂ ਵੱਧ ਕਿਹੜਾ ਹੋ ਜੂਗਾ ਜਦੋਂ ਮੈਂ ਗੱਲ ਕੀਤੀ ਆ ਪੀ ਐਨ ਪੀ ਦੀ ਗੱਲ ਐਨ ਪੀ ਐਨ ਦੀ ਗੱਲ ਕਰਦੇ ਆ ਪੀ ਐਨ ਪੀ ਦੀ ਗੱਲ ਕਰਦੇ ਆ ਉਹਦੇ ਵਿੱਚੋਂ ਇਹ ਕੁਐਸਚਨ ਆਈ ਜਾਂਦਾ ਹੁਣ ਠੀਕ ਹੈ ਉਹਦੇ ਵਿੱਚ ਕੀ ਹੋ ਜਾਂਦਾ ਜੀ ਪਹਿਲਾਂ ਆਪਣਾ ਐਮਿਟਰ ਸਾਈਡ ਆ ਜਾਂਦੀ ਆ ਫਿਰ ਕੀ ਆ ਜਾਂਦੀ ਆ ਬੇਸ ਸਾਈਡ ਆ ਜਾਂਦੀ ਆ ਤੇ ਉਸ ਤੋਂ ਬਾਅਦ ਕੀ ਆ ਜਾਂਦੀ ਆ ਕਲੈਕਟਰ ਸਾਈਡ ਆ ਜਾਂਦੀ ਆ ਠੀਕ ਆ ਜੀ ਤਿੰਨ ਸਾਈਡਾਂ ਹੁੰਦੇ ਨੇ ਨਾ ਪਹਿਲਾਂ ਕਿਹੜੀ ਆ ਜਾਂਦੀ ਆ ਈ ਸਾਈਡ ਨੂੰ ਐਮਿਟਰ ਸਾਈਡ ਕਹਿ ਦਿੰਨੇ ਆ ਮੈਟਰ ਤੇ ਉਸ ਤੋਂ ਬਾਅਦ b ਨੂੰ ਕੀ ਕਹਿ ਦਿੰਨੇ ਆ ਬੇਸਡ ਬੇਸ ਆ ਜਾਂਦਾ ਹੁੰਦਾ ਆਪਣਾ ਤੇ c ਨੂੰ ਕੀ ਕਹਿ ਦਿੰਨੇ ਹੁੰਦੇ ਆ ਆਪਾਂ ਕਲੈਕਟਰ ਸਾਈਡ ਹੁੰਦੀ ਆ ਕਲੈਕਟਰ ਤੇ ਜਦੋਂ ਆਪਾਂ ਗੱਲ ਕਰਦੇ ਆ ਨਾ npn ਦੀ ਗੱਲ ਕਰਦੇ ਆ ਇਸ ਦੇ ਵਿੱਚ ਹੁਣ ਜਿਹੜੇ ਪ੍ਰੋਟੋਨ ਹੁੰਦਾ ਇਲੈਕਟ੍ਰੋਨ ਹੁੰਦੇ ਆ ਆਮ ਸੌਰੀ ਇਲੈਕਟ੍ਰੋਨ ਹੁੰਦੇ ਆ ਉਹ npn ਦੇ ਵਿੱਚ ਕੀ ਹੁੰਦੇ ਆ ਇਹ ਸਾਈਡ ਐਮਿਟਰ ਸਾਈਡ ਨਾਲ ਉਹ ਹੈਵੀਲੀ ਹੁੰਦੇ ਆ ਬ੍ਰਦਰ ਹੈਵੀਲੀ ਮੀਨਸ ਬਹੁਤ ਜ਼ਿਆਦਾ ਹੁੰਦੇ ਆ ਤੇ ਜਿਹੜੇ ਆਪਣੇ ਕਲੈਕਟਰ ਹੁੰਦੇ ਆ ਨਾ ਕਲੈਕਟਰ ਸਾਈਡ ਕੀ ਆ ਜਾਂਦੇ ਹੁੰਦੇ ਆ ਇਲੈਕਟ੍ਰੋਨ ਇਹਦੇ ਵਿੱਚ ਹੁੰਦੇ ਆ ਮੋਡਰੇਟਲੀ ਮੋਡਰੇਟਲੀ ਮੀਨਸ ਇਹਨਾਂ ਦੇ ਹੈਵੀਲੀ ਦੇ ਨਾਲੋਂ ਘੱਟ ਇਹਨਾਂ ਦੇ ਵਿੱਚ ਕਿਹਦੇ ਵਿੱਚ ਹੁੰਦੇ ਆ ਕਲੈਕਟਰ ਸਾਈਡ ਘੱਟ ਹੁੰਦੇ ਆ ਤੇ ਬੇਸ ਸਾਈਡ ਕੀ ਆ ਜਾਂਦੇ ਹੁੰਦੇ ਆ ਹੋਲ ਆ ਜਾਂਦੇ ਹੁੰਦੇ ਆ ਖਾਲੀ ਬੋਤ ਜੋ ਕਿ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦੇ ਆ ਠੀਕ ਹੈ ਜੀ ਤਾਂ ਇਹਦੇ ਵਿੱਚੋਂ ਰਾਈਟ ਆਨਸਰ ਕਿਹੜਾ ਹੋਜੂ ਇਹਨਾਂ ਦੇ ਵਿੱਚੋਂ ਦੱਸਿਓ ਸਾਰੇ ਜਣੇ ਕਿਹੜਾ ਲੱਗਦਾ ਜੀ ਕਾਮਨ بیس ਆਜੂਗਾ ਬਿਲਕੁਲ ਰਾਈਟ ਹੈ ਇਸ ਦਾ ਆਨਸਰ ਕਿਹੜਾ ਹੋ ਜੂਗਾ ਕਾਮਨ بیس ਇਸ ਦਾ ਰਾਈਟ ਆਨਸਰ ਹੋ ਜੂਗਾ ਕੇ ਮੀਟਰ ਕੇ ਕਲੈਕਟਰ ਆਜੂਗਾ ਵੋਲਟੇਜ ਦੇ ਲਾਭ ਬਾਰੇ ਗੱਲ ਕਰ ਰਿਹਾ ਜੀ ਬ੍ਰਦਰ ਇਹਨਾਂ ਦੇ ਵਿੱਚੋਂ ਜਦੋਂ ਵੋਲਟੇਜ ਦੀ ਗੱਲ ਕਰਦਾ ਨਾ ਅਲੱਗ-ਅਲੱਗ ਹੁੰਦੇ ਆ ਤੇ ਕਿਹੜਾ ਆਜੂਗਾ ਇਹਨਾਂ ਦੇ ਵਿੱਚੋਂ ਕਾਮਨ بیس ਆਜੂਗਾ ਕਾਮਨ بیس ਠੀਕ ਹੈ ਜੀ ਕਾਮਨ ਬੇਸ ਇਸ ਦਾ ਰਾਈਟ ਆਨਸਰ ਹੋਜੂ ਬੇਸ ਕਿਹੜਾ ਮੈਂ ਗੱਲ ਕਰਕੇ ਗਿਆ ਬੇਸ ਆ ਹੁੰਦਾ ਜਿੱਥੇ ਮੈਂ ਵੀ ਦੀ ਗੱਲ ਕਰਕੇ ਆ ਵੀਜ਼ ਬੇਸ ਮੀਨਸ ਆਧਾਰ ਆ ਜਾਊਗਾ ਠੀਕ ਹੈ ਜੀ ਸੀ ਨਾ ਕਿ ਅਮੀਟਰ ਆ ਜਾਊਗਾ ਵੋਲਟੇਜ ਦਾ ਲਾਬ ਕਿਤੇ ਹੁੰਦਾ ਜੀ ਕਾਮਨ ਬੇਸ ਤੇ ਆ ਜਾਊਗਾ ਠੀਕ ਹੈ ਜੀ ਤੇ ਪੂਰੇ 3 ਵਜੇ ਚੁੱਕਿਆ ਬਾਈ ਤੇ ਕੱਲ ਤੋਂ ਬਾਈ ਆਪਣਾ ਸ਼ਹਿਰ ਦਾ ਜ਼ਰੂਰ ਰੱਖਿਓ ਠੀਕ ਹੈ ਜੀ ਤੇ ਇਹ ਸੀ ਅੱਜ ਦੀ ਆਪਣੀ ਕਲਾਸ ਤੇ ਕੱਲ ਨੂੰ ਮਿਲੂੰਗਾ 1 ਵਜੇ 15 ਮਿੰਟ ਤੇ ਠੀਕ ਹੈ ਜੀ ਸ਼ੇਅਰ ਕਰਨਾ ਤੁਹਾਡੀ ਆਪਦੀ ਜ਼ਿੰਮੇਵਾਰੀ ਦੇ ਨਾਲ ਜ਼ਰੂਰ ਆਇਓ ਠੀਕ ਹੈ ਜੀ ਤੇ ਮਿਲਾਂਗੇ ਕੱਲ ਨੂੰ ਆਪਾਂ 1:15 ਮਿੰਟ ਤੇ ਤਦ ਤੱਕ ਦੇ ਲਈ ਬਾਏ ਬਾਏ ਸਸ਼ੀ ਕਾਲ ਜੀ